ਉਸ ਵਾਲੀ ਜਿਹੜੀ ਗੱਲ ਹੈ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਮਤਲਬ ਇੰਨੀ ਮੈਟਰ ਕਰਨੀ ਚਾਹੀਦੀ ਹੈ। ਵਿਊਜ਼ ਤਾਂ ਤੁਹਾਨੂੰ ਸਾਰਿਆਂ ਨੂੰ ਅੱਜ ਕੱਲ੍ਹ ਮਤਲਬ ਖੁੱਲੀ ਹੋਈ ਗੇਮ, ਕਿੰਨੇ ਪੈਸੇ ਦਾ ਵਿਊ ਮਿਲਦਾ। ਸੁਨੀਲ ਸ਼ੈਟੀ ਜੀ, ਉਹਨਾਂ ਜਿਹੜਾ ਮੈਨੂੰ ਯਾਦ ਆ ਸਾਡੇ ਕਿਹੜਾ ਸੀਗਾ ਡਾਕਟਰ ਮਸ਼ਹੂਰ ਗੁਲਾਟੀ, ਉਹਨੇ ਇੱਕ ਐਕਟ ਗੈਗ ਕੀਤਾ ਸੀ ਉਹਨਾਂ ਦਾ ਕਿ ਅੰਜਲੀ ਮੈਂ ਤੁਹਾਡੇ ਲਈ ਪਤੰਜਲੀ ਸੇ ਕੁਛ ਲੈ ਕੇ ਆਇਆ ਹਾਂ ਅੰਜਲੀ। ਮੈਨੂੰ ਗਾਉਣ ਦਾ ਬੜਾ ਸ਼ੌਂਕ ਹੁੰਦਾ ਸੀ ਬਚਪਨ ਤੋਂ ਹੀ, ਅਤੇ 10ਵੀਂ ਦੇ ਵਿੱਚ ਕੋਈ ਸੰਸਕ੍ਰਿਤ ਸ਼ਲੋਕੋਚਾਰਨ ਪ੍ਰਤੀਯੋਗਿਤਾ ਹੈਗੀ ਸੀ, ਉਹ ਮੈਨੂੰ ਪਤਾ ਨਹੀਂ ਸੀ ਮੈਂ ਗਾ ਕੀ ਰਿਹਾ, ਲੇਕਿਨ ਮੈਂ ਗਾ ਇੰਨਾ ਅੱਛਾ ਕਿ ਮੈਨੂੰ ਸੈਕਿੰਡ ਪ੍ਰਾਈਜ਼ ਮਿਲ ਗਿਆ ਸੀ। ਸੋ ਮੈਨੂੰ ਉਹ ਚੀਜ਼ ਮੈਨੂੰ ਅੱਜ ਵੀ ਯਾਦ ਹੈ। ਹੁਣ ਨਹੀਂ ਹੋਣਾ ਪਿਆਰ ਇਕੱਲਿਆਂ ਜੀ ਲਾਂਗੇ, ਹੁਣ ਨਹੀਂ ਹੋਣਾ ਪਿਆਰ ਇਕੱਲਿਆਂ ਜੀ ਲਾਂਗੇ, ਹੁਣ ਨਾ ਕਰ ਕਰਾਰ ਇਕੱਲਿਆਂ ਜੀ ਲਾਂਗੇ, ਇਕੱਲਿਆਂ ਜੀ ਲਾਂਗੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਿੰਦਰ ਕੌਰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਾਡੇ ਇਸ ਸ਼ੋਅ ਸਟਾਰ ਟਾਕ ਵਿੱਚ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਬਾਲੀਵੁੱਡ ਮਿਊਜ਼ਿਕ ਇੰਡਸਟਰੀ, ਹਿੰਦੀ ਮਿਊਜ਼ਿਕ ਇੰਡਸਟਰੀ ਦੀ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ। ਆਏ ਦਿਨ ਨਵੇਂ ਨਵੇਂ ਕਲਾਕਾਰ ਇਸ ਮਿਊਜ਼ਿਕ ਇੰਡਸਟਰੀ ਵਿੱਚ ਐਂਟਰ ਹੁੰਦੇ ਨੇ ਅਤੇ ਆਪਣੀ ਕਿਸਮਤ ਅਜ਼ਮਾਉਂਦੇ ਨੇ, ਪਰ ਬੜੀ ਘੱਟ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਅਤੇ ਬਾਰ ਬਾਰ ਸੁਣਨਾ ਚਾਹੁੰਦੇ ਨੇ। ਉਹਨਾਂ ਵਿੱਚੋਂ ਇੱਕ ਚਿਹਰਾ, ਇੱਕ ਸ਼ਖਸੀਅਤ ਸਾਡੇ ਇਸ ਸ਼ੋਅ ਵਿੱਚ ਮੌਜੂਦ ਹੈ ਜਿਨ੍ਹਾਂ ਨੇ ਦਿੱਲੀ ਵਿੱਚ ਰਹਿੰਦੇ ਹੋਏ ਵੀ ਪੰਜਾਬੀਅਤ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਉਹਨਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਆਓ ਜੀ, ਵੈਲਕਮ ਕਰਦੇ ਹਾਂ ਦੀਪ ਹੋਸ਼ਾਨ ਦਾ। ਸਤਿ ਸ਼੍ਰੀ ਅਕਾਲ ਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਜ਼ਨ ਪੰਜਾਬ ਟੀਵੀ 'ਤੇ। ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਕੰਗਰੈਚੁਲੇਸ਼ਨਸ, ਤੁਹਾਡਾ ਸੌਂਗ ਹੁਣੇ ਗਿਆ ਲੰਬੇ ਜੀ, ਹੁਣ ਇੱਕ ਰਿਲੀਜ਼ 'ਤੇ ਹੈਗਾ ਜੀ, ਅਤੇ ਸੌਂਗ ਦਾ ਨਾਂ ਹੈ ਉਹ ਸਾਥੀਆ ਜੀ। ਕਿਹੋ ਜਿਹਾ ਫੀਲ ਹੋ ਰਿਹਾ? ਬਹੁਤ ਹੀ ਇੱਕ ਮਤਲਬ ਇੱਕ ਐਕਸਟਰਾਆਰਡੀਨਰੀ ਫੀਲ ਹੈ, ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਇਸ ਟਾਈਮ ਜਿਹੜਾ ਆਪਾਂ ਨੈਕਸਟ ਟਰੈਕ ਦੇ ਵਿੱਚ ਜਿਹੜੇ ਆਪਾਂ ਨਵਾਂ ਨਵਾਂ ਇੱਕ ਜਿਹੜਾ ਇੱਕ ਸਮਝੋ ਕਿ ਤੁਸੀਂ ਆਪਾਂ ਲੋਕੇਸ਼ਨ ਲਿੱਤੀ ਹੈ, ਔਰ ਬਹੁਤ ਹੀ ਪਿਆਰਾ ਇੱਕ ਕਿਊਟ ਜਿਹਾ ਫੇਸ ਹੈ ਜਿਹੜਾ ਆਪਾਂ ਹੁਣ ਲਾਂਚ ਕਰਨ ਜਾ ਰਹੇ ਹਾਂ ਅਸੀਂ ਅਗਲੇ ਗਾਣੇ 'ਚ। ਔਰ ਜਿੱਦਾਂ ਕਿ ਤੁਸੀਂ ਪਹਿਲੇ ਵੀ ਇੱਕ ਆਪਣਾ ਬਾਲੀਵੁੱਡ ਟਰੈਕ ਸੁਣਿਆ ਸੀਗਾ ਪਹਿਲੇ ਪਿਆਰ ਹੋ ਨਾ ਜਾਏ, ਅਤੇ ਹੁਣ ਉੱਦਾਂ ਦਾ ਹੀ ਕੁਛ, ਲੇਕਿਨ ਉਸ ਤੋਂ ਅੱਛਾ ਫੀਲ ਆਪਾਂ ਉਹ ਸਾਥੀਆਂ ਦੇ ਵਿੱਚ ਲੈ ਕੇ ਆ ਰਹੇ ਹਾਂ। ਠੀਕ ਹੈ ਜੀ, ਅਤੇ ਇਸ ਪ੍ਰੋਜੈਕਟ ਬਾਰੇ ਕੀ ਖਾਸ ਹੈਗਾ ਜਿਹੜਾ ਤੁਸੀਂ ਜੇ ਆਪਣੇ ਤੁਸੀਂ ਪ੍ਰੋਜੈਕਟ ਪੁਰਾਣੇ ਪ੍ਰੋਜੈਕਟਸ ਨਾਲ ਕੰਪੇਅਰ ਕਰੋ ਤਾਂ ਕੀ ਖਾਸ ਹੈਗਾ? ਮੈਂ ਸਮਝਣਾ ਕਿ ਮੇਰੇ ਹੁਣ ਤੱਕ ਦਾ ਇਹ ਸਭ ਤੋਂ ਬੈਸਟ ਪ੍ਰੋਜੈਕਟ ਆਏਗਾ ਹੁਣ ਜਿਹੜਾ ਆਉਣ ਵਾਲਾ, ਔਰ ਕਿਉਂਕਿ ਇਸ ਗਾਣੇ 'ਚ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਹੈ, ਮੈਂ ਵੀ ਜਿਹੜੀ ਸਾਡੀ ਕੋ ਆਰਟਿਸਟ ਹੈ ਔਰ ਮਤਲਬ ਉਹਨਾਂ ਨੇ ਵੀ, ਔਰ ਅਸੀਂ ਮਿਊਜ਼ਿਕ ਜਿਹੜਾ ਥੋੜ੍ਹਾ ਜਿਹਾ ਮਤਲਬ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਮੈਂ ਸਮਝਣਾ ਕਿ ਮਤਲਬ ਥੋੜ੍ਹਾ ਜਿਹਾ ਅਲੱਗ ਹੋਏਗਾ, ਲੋਕਾਂ ਨੂੰ ਪਸੰਦ ਆਏਗਾ। ਆਈ ਹੋਪ ਜੀ। ਪਾਸਟ 'ਚ ਜਿੰਨੇ ਪ੍ਰੋਜੈਕਟਸ ਕੀਤੇ ਤੁਸੀਂ, ਅਸੀਂ ਤੁਸੀਂ ਸਟਾਰਟ ਕੀਤਾ ਸੀ ਸੈਡ ਸੌਂਗ ਤੋਂ ਜੀ, ਅਤੇ ਮੈਂ ਇਹਨੂੰ ਇੱਕ ਗੱਲ ਪੁੱਛਣੀ ਹੈ ਵੀ ਉਹ ਕੋਈ ਫੇਜ਼ ਸੀਗਾ ਕਿ ਤੁਸੀਂ ਸੈਡ ਸੌਂਗ ਹੀ ਤੁਸੀਂ ਆਪਣਾ ਡੈਬਿਊ ਸੌਂਗ ਬਣਾਇਆ, ਸੈਡ ਰੋਮਾਂਟਿਕ ਜਿਹਾ ਸੌਂਗ ਸੀ? ਹਾਂਜੀ ਹਾਂਜੀ ਹਾਂਜੀ। ਅਤੇ ਕੀ ਉਸ ਫੇਜ਼ ਤੋਂ ਤੁਸੀਂ ਗੁਜ਼ਰ ਰਹੇ ਸੀ ਜਾਂ ਐਵੇਂ ਤੁਸੀਂ ਕੰਪੋਜੀਸ਼ਨ ਤੁਹਾਨੂੰ ਪਸੰਦ ਆਈ ਸੀ? ਨਹੀਂ, ਐਸਾ ਕੁਛ ਨਹੀਂ ਹੈ, ਕਿਉਂਕਿ ਕੋਈ ਵੀ ਆਰਟਿਸਟ ਹੁੰਦਾ ਉਹ ਹਰ ਫੇਸ ਤੋਂ ਗੁਜ਼ਰਦਾ, ਉਹ ਰੋਮਾਂਟਿਕ ਵੀ ਹੁੰਦਾ, ਉਹ ਸੈਡ ਵੀ ਹੁੰਦਾ, ਉਹ ਖੁਸ਼ ਵੀ ਹੁੰਦਾ, ਉਹ ਨੱਚਣ ਟੱਪਣ ਦੇ ਮੂਡ 'ਚ ਵੀ ਹੁੰਦਾ, ਬਟ ਦ ਮੇਨ ਥਿੰਗ ਇਜ਼ ਦੈਟ ਕਿਹੜਾ ਥੋਟ ਕਦੋਂ ਤੁਹਾਡੇ ਦਿਮਾਗ 'ਚ ਆਉਂਦਾ, ਔਰ ਮਤਲਬ ਉਹੀ ਜਿਹੜਾ ਤੁਸੀਂ ਇੰਪਲੀਮੈਂਟ ਕਰਕੇ ਸੌਂਗ ਦੇ ਵਿੱਚ ਤਬਦੀਲ ਕਰਕੇ ਲੋਕਾਂ ਸਾਹਮਣੇ ਪੇਸ਼ ਕਰਦੇ, ਸੋ ਉਸ ਟਾਈਮ ਕੁਛ ਜਿਹੜਾ ਥੋਟ ਆਇਆ ਮੈਂ ਕਰ ਦਿੱਤਾ ਕੰਮ। ਠੀਕ ਹੈ, ਉਹ ਤੁਹਾਡਾ ਕਿਸ ਈਅਰ ਵਿੱਚ ਰਿਲੀਜ਼ ਹੋਇਆ ਸੀ? ਆਈ ਥਿੰਕ ਇਨ 2013 ਵਿੱਚ ਰਿਲੀਜ਼ ਹੋਇਆ, ਤੇ ਹੁਣ ਤੁਸੀਂ ਇੱਕ ਥੋੜਾ ਜਿਹਾ ਗੈਪ ਦਿੱਤਾ ਤੇ ਹੁਣ ਤੁਸੀਂ ਪ੍ਰੋਜੈਕਟਸ ਤੇ ਪ੍ਰੋਜੈਕਟਸ ਕਰ ਰਹੇ ਹੋ, ਇਹਦਾ ਕੀ ਰੀਜ਼ਨ ਹੈ ਤੁਸੀਂ ਗੈਪ ਦੇ ਕੇ ਫਿਰ ਹੁਣ ਤੁਸੀਂ ਬਹੁਤ ਸਾਰੇ ਪ੍ਰੋਜੈਕਟਸ ਇੱਕ ਸਾਥ ਤੁਸੀਂ ਕਰ ਰਹੇ ਹੋ? ਐਕਚੁਅਲੀ ਮੈਂ ਜਦ ਇਸ ਇੰਡਸਟਰੀ ਦੇ ਵਿੱਚ ਆਇਆ ਸੀ, ਪਹਿਲੇ ਮੈਂ ਇੱਕ ਐਜ਼ ਅ ਟ੍ਰਾਇਲ ਤੁਸੀਂ ਕਹਿ ਸਕਦੇ ਹੋ ਮੈਂ ਇੱਕ ਗਾਣਾ ਕੱਢਿਆ ਸੀਗਾ, ਅਤੇ ਉਸ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਇਹ ਜਿਹੜੀ ਮਾਰਕੀਟ ਹੈ ਆਪਣੀ ਜਿਹੜੀ ਪੰਜਾਬੀ ਇੰਡਸਟਰੀ, ਇਹਨੂੰ ਮੈਂ ਐਨਾਲਾਈਜ਼ ਕੀਤਾ, ਥੋੜ੍ਹੀ ਸਟੱਡੀ ਕੀਤਾ ਕਿ ਕਿਹੜੇ ਕਿਹੜੇ ਟ੍ਰੈਂਡ ਦੇ ਸੌਂਗਸ ਇੱਥੇ ਚੱਲਦੇ ਨੇ, ਲੋਕਾਂ ਦੀ ਕੀ ਮਤਲਬ ਇੱਕ ਸਮਝੋ ਕਿ ਉਹਨਾਂ ਦਾ ਟੇਸਟ ਹੈ, ਕੀ ਉਹਨਾਂ ਦਾ ਜ਼ੋਨਰ ਹੈ, ਸੋ ਉਸ ਚੀਜ਼ ਨੂੰ ਮੈਂ ਫੜ ਕੇ ਉਹਨੂੰ ਹੀ ਅੱਗੇ ਮਤਲਬ ਗਾਣਿਆਂ ਦੇ ਵਿੱਚ ਕਨਵਰਟ ਕਰਕੇ ਤਾਂ ਮੈਂ ਹੁਣ ਆਪਣੀ ਇੱਕ ਪੂਰੀ ਤਿਆਰੀ ਦੇ ਨਾਲ ਆਉਣ ਦੀ ਕੋਸ਼ਿਸ਼ ਕੀਤੀ, ਸੋ ਤੁਹਾਡੇ ਸਾਹਮਣੇ ਹੀ ਮੈਂ ਆ ਰਿਹਾ। ਠੀਕ ਹੈ ਜੀ। ਅੱਛਾ ਦੀਪ, ਤੁਹਾਡੀ ਆਵਾਜ਼ ਬਹੁਤ ਸੌਫਟ ਅਤੇ ਬੜੀ ਚੰਗੀ ਜੀ, ਸਵੀਟ ਸੀ ਵੋਇਸ ਤੁਹਾਡੀ ਹੈਗੀ ਹੈ, ਅਤੇ ਤੁਹਾਡਾ ਡੈਬਿਊ ਸੌਂਗ ਸਾਡੇ ਇਸ ਸ਼ੋਅ ਵਿੱਚ ਇੱਕ ਵਾਰ ਫਿਰ ਹੋ ਜਾਵੇ? ਡੈਬਿਊ ਸੌਂਗ ਜਿਹੜਾ ਮੇਰਾ ਆਇਆ ਸੀਗਾ ਉਹਦਾ ਨਾਮ ਸੀਗਾ ਕੱਲਿਆਂ ਜੀ ਲਾਂਗੇ, ਨਹੀਂ ਨਹੀਂ ਕੱਲਿਆਂ ਜੀ ਲਾਂਗੇ, ਉਸ ਤੋਂ ਪਹਿਲੇ ਦੁਆਵਾਂ ਤੋਂ ਪਹਿਲੇ ਕੱਲਿਆਂ ਜੀ ਲਾਂਗੇ ਸੀਗਾ ਜੀ, ਸੋ ਕੱਲਿਆਂ ਜੀ ਲਾਂਗੇ ਸੀ, ਇੱਦਾਂ ਸੀਗਾ, ਹੁਣ ਨਹੀਂ ਹੋਣਾ ਪਿਆਰ ਕੱਲਿਆਂ ਜੀ ਲਾਂਗੇ, ਹੁਣ ਨਹੀਂ ਹੋਣਾ ਪਿਆਰ ਕੱਲਿਆਂ ਜੀ ਲਾਂਗੇ, ਹੁਣ ਨਾ ਕਰ ਕਰਾਰ ਕੱਲਿਆਂ ਜੀ ਲਾਂਗੇ, ਕੱਲਿਆਂ ਜੀ ਲਾਂਗੇ, ਜਦ ਸੀ ਤੇਰੀ ਲੋੜ ਤੂੰ ਛੱਡ ਗਈ ਕੱਲਿਆਂ ਨੂੰ, ਜੀਣਾ ਲੱਗੇ ਮੌਤ ਵੀ ਸਾਨੂੰ ਚੱਲਿਆਂ ਨੂੰ,
ਜਦ ਸੀ ਤੇਰੀ ਲੋੜ ਤੂੰ ਛੱਡ ਗਈ ਕੱਲਿਆਂ ਨੂੰ, ਜੀਣਾ ਲੱਗੇ ਮੌਤ ਵੀ ਸਾਨੂੰ ਚੱਲਿਆਂ ਨੂੰ, ਤੇਰੇ ਬਾਜੋਂ ਜ਼ਹਿਰ ਵੀ ਕੱਲਿਆਂ ਪੀ ਲਾਂਗੇ, ਹੁਣ ਨਹੀਂ ਹੋਣਾ ਪਿਆਰ, ਕੱਲਿਆਂ ਜੀ ਲਾਂਗੇ, ਉਹ ਕੱਲਿਆਂ ਜੀ ਲਾਂਗੇ। ਵੈਰੀ ਵੈਰੀ ਨਾਈਸ, ਥੈਂਕ ਯੂ ਜੀ, ਥੈਂਕ ਯੂ। ਅੱਛਾ, ਤੁਹਾਡਾ ਜਿਹੜਾ ਦੂਜਾ ਸੌਂਗ ਸੀ ਦੁਆਵਾਂ, ਆਈ ਗੈਸ ਦੈਟ ਵਾਸ ਯੋਰ ਸੈਕਿੰਡ ਸੌਂਗ, ਹੈ ਨਾ? ਜੀ ਜੀ, ਤੇ ਉਹ ਵੀ ਥੋੜਾ ਜਿਹਾ ਸਿਮਿਲਰ ਹੀ ਸੀਗਾ, ਸੈਡ ਸੌਂਗ ਸੀਗਾ, ਥੋੜਾ ਬ੍ਰੇਕਅਪ ਵਾਲਾ ਸੌਂਗ ਸੀ, ਇਹ ਥੋੜਾ ਜਿਹਾ ਪੈਟਰਨ ਤਾਂ ਮਿਲਦਾ ਹੈ, ਮੇ ਬੀ ਤੁਸੀਂ ਇੱਕ ਪਰਸਨਲ ਲਾਈਫ ਨਾਲ ਰਿਲੇਟ ਕੀਤਾ ਹੈ? ਮੈਂ ਐਕਚੁਅਲੀ ਤੁਹਾਨੂੰ ਦੱਸਣਾ, ਇਹ ਪੈਟਰਨ ਸੈਡ ਔਰ ਸੈਡ ਰੋਮਾਂਟਿਕ 'ਚ ਫਰਕ ਹੁੰਦਾ ਹੈ। ਇਹ ਜਿਹੜਾ ਕੱਲਿਆਂ ਜੀ ਲਾਂਗੇ ਤੁਹਾਨੂੰ ਸੁਣਾਇਆ, ਇਹ ਬਿਲਕੁਲ ਸੈਡ ਸੀ ਕਿ ਹਾਂ ਵੀ ਬ੍ਰੇਕਅਪ ਹੋ ਚੁੱਕਿਆ, ਔਰ ਦੁਆਵਾਂ ਜਿਹੜਾ ਸੌਂਗ ਹੈ ਉਹ ਇਹ ਸੀਗਾ ਕਿ ਦੋ ਜਿਹੜੇ ਪਿਆਰ ਕਰਦੇ ਨੇ, ਅਗਰ ਉਹ ਥੋੜ੍ਹੇ ਜਿਹੇ ਵੀ ਦੂਰ ਹੁੰਦੇ ਨੇ ਤਾਂ ਉਹਦੇ ਵਿੱਚ ਉਹ ਕੀ ਮਤਲਬ ਉਹਨਾਂ ਦੀ ਜਿਹੜੀ ਫੀਲਿੰਗਸ ਹੁੰਦੀਆਂ ਨੇ ਉਹਨਾਂ ਨੂੰ ਮਤਲਬ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਸੀ ਦੁਆਵਾਂ ਦੇ ਵਿੱਚ। ਓਕੇ ਜੀ, ਅਤੇ ਜਿਹੜਾ ਪਹਿਲਾ ਸੌਂਗ ਸੀ ਅਤੇ ਉਹਨੂੰ ਕਰਦੇ ਹੋਏ ਕੋਈ ਇੱਕ ਘਬਰਾਹਟ ਜਾਂ ਕੋਈ ਐਕਸਾਈਟਮੈਂਟ ਸੀ, ਕੀ ਫੀਲਿੰਗ ਸੀ ਜਦ ਪਹਿਲਾ ਸੌਂਗ ਆਇਆ ਸੀ? ਦੇਖੋ, ਕੋਈ ਵੀ ਤੁਸੀਂ ਲਾਈਨ ਦੇ ਵਿੱਚ ਆਉਂਦੇ ਹੋ ਘਬਰਾਹਟ ਤਾਂ ਓਬਵੀਅਸਲੀ ਗੱਲ ਹੁੰਦੀ ਹੈ, ਔਰ ਇਹ ਹੁੰਦਾ ਕਿ ਮਤਲਬ ਤੁਸੀਂ ਜੋ ਚੀਜ਼ ਤੁਸੀਂ ਕਰਨ ਜਾ ਰਹੇ ਹੋ ਉਹ ਐਕਸੈਪਟੇਬਲ ਹੋਏਗੀ ਕਿ ਨਹੀਂ, ਲੋਕ ਉਹਨੂੰ ਐਕਸੈਪਟ ਕਰਨਗੇ ਕਿ ਨਹੀਂ, ਕਿ ਤੁਸੀਂ ਐਜ਼ ਐਨ ਆਰਟਿਸਟ, ਐਜ਼ ਐਨ ਸਿੰਗਰ ਤੁਸੀਂ ਐਕਸੈਪਟ ਹੋਵੋਗੇ ਕਿ ਨਹੀਂ। ਸੋ ਉਸ ਚੀਜ਼ ਦਾ ਥੋੜ੍ਹਾ ਥੋੜ੍ਹਾ ਹੈਗਾ ਸੀਗਾ, ਬਾਕੀ ਜੋ ਵਾਹਿਗੁਰੂ ਨੇ ਚਾਹਿਆ ਉਹੀ ਹੋਇਆ, ਔਰ ਧੀਰੇ ਧੀਰੇ ਲੋਕਾਂ ਦਾ ਬਹੁਤ ਪਿਆਰ ਮਿਲਿਆ, ਜਿਵੇਂ ਜਿਵੇਂ ਮੈਂ ਸੌਂਗਸ ਕਰਦਾ ਗਿਆ ਅੱਗੇ ਅੱਗੇ ਲੋਕ ਐਕਸੈਪਟ ਕਰਦੇ ਗਏ, ਔਰ ਹੋਰ ਥੋੜ੍ਹੀ ਜਿਹੀ ਹਿੰਮਤ ਵੱਧ ਗਈ ਜੀ। ਅੱਛਾ ਦੀਪ ਜੀ, ਤੁਹਾਡੇ ਪਰਸਨਲ, ਤੁਹਾਡੇ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ, ਤੁਸੀਂ ਪ੍ਰੋਫੈਸ਼ਨਲੀ ਗਾਣਾ ਸ਼ੁਰੂ ਕੀਤਾ 2013 ਤੋਂ, ਹੈ ਨਾ? ਉਸ ਤੋਂ ਪਹਿਲਾਂ ਤੁਸੀਂ ਬਚਪਨ ਤੋਂ ਹੀ ਇੱਕ ਕਰੇਜ਼ ਸੀਗਾ ਸਿੰਗਿੰਗ ਦਾ, ਜਾਂ ਕਿਸੇ ਨੇ ਤੁਹਾਨੂੰ ਆਈਡੀਆ ਦਿੱਤਾ ਜਾਂ ਫੋਰਸ ਕੀਤਾ? ਹਾਂ, ਤੁਸੀਂ ਨਹੀਂ, ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਜੈਨੇਟਿਕ ਹੈ, ਮਤਲਬ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਮਿਲੀ ਹੈ ਜਿਹੜੀ ਗਾਇਕੀ ਜਿਹੜੀ ਹੈ, ਔਰ ਉਹਨਾਂ ਨੂੰ ਮੈਂ ਗੁਰੂ ਮੰਨਦਾ ਆਪਣੀ ਇਸ ਲਾਈਨ ਦਾ, ਔਰ ਆਪਣੇ ਮੇਰੇ ਫਾਦਰ ਸਾਹਿਬ ਆਪਣੇ ਟਾਈਮ 'ਚ ਵੀ ਉਹਨਾਂ ਦਾ ਇੱਕ ਔਰਕੈਸਟਰਾ ਹੁੰਦਾ ਸੀ, ਸੋ ਔਰ ਗਾਉਣ ਦਾ ਤਾਂ ਸ਼ੌਂਕ ਬਚਪਨ ਤੋਂ ਹੀ ਰਿਹਾ, ਅਤੇ ਮਤਲਬ ਮੈਨੂੰ ਅੱਜ ਵੀ ਯਾਦ ਹੈ ਸਕੂਲ ਦੇ ਵਿੱਚ, ਮਤਲਬ ਟੀਚਰ ਅੱਗੇ ਪੜ੍ਹਾ ਰਹੀ ਹੁੰਦੀ ਸੀ ਅਤੇ ਆਪਾਂ ਲਾਸਟ ਬੈਂਚ 'ਤੇ ਬੈਠ ਕੇ ਅਤੇ ਗਾਣੇ ਗਾ ਰਹੇ ਹੁੰਦੇ ਸੀ, ਸੋ ਉਦੋਂ ਦਾ ਹੀ ਬਚਪਨ ਦਾ ਹੀ ਕਰੇਜ਼ ਚੱਲਦਾ ਰਿਹਾ। ਅੱਛਾ ਜੀ, ਅਤੇ ਫਿਰ ਸਕੂਲ ਤੋਂ ਬਾਅਦ ਤੁਸੀਂ ਕਾਲਜ ਵਿੱਚ ਵੀ ਕਿਤੇ ਕੋਈ ਪਾਰਟੀਸੀਪੇਸ਼ਨ ਸੀਗਾ? ਹਾਂਜੀ, ਕਾਲਜ ਦੇ ਵਿੱਚ ਵੀ ਪਾਰਟੀਸਪੇਸ਼ਨ ਕਰਦੇ ਰਹੇ, ਸਕੂਲ 'ਚ ਵੀ ਕਰਦੇ ਰਹੇ, ਅਤੇ ਮੈਨੂੰ ਯਾਦ ਹੈ ਮੈਂ ਇੱਕ ਵਾਰ, ਮੈਨੂੰ ਗਾਉਣ ਦਾ ਬੜਾ ਸ਼ੌਂਕ ਹੁੰਦਾ ਸੀ ਬਚਪਨ ਤੋਂ ਹੀ, ਅਤੇ 10ਵੀਂ ਦੇ ਵਿੱਚ ਕੋਈ ਸੰਸਕ੍ਰਿਤ ਸ਼ਲੋਕੋਚਾਰਨ ਪ੍ਰਤੀਯੋਗਿਤਾ ਹੈਗੀ ਸੀ, ਉਹ ਮੈਨੂੰ ਪਤਾ ਨਹੀਂ ਸੀ ਮੈਂ ਗਾ ਕੀ ਰਿਹਾ, ਲੇਕਿਨ ਮੈਂ ਗਾ ਇੰਨਾ ਅੱਛਾ ਕਿ ਮੈਨੂੰ ਸੈਕਿੰਡ ਪ੍ਰਾਈਜ਼ ਮਿਲ ਗਿਆ ਸੀ। ਸੋ ਮੈਨੂੰ ਉਹ ਚੀਜ਼ ਮੈਨੂੰ ਅੱਜ ਵੀ ਯਾਦ ਹੈ ਕਿ ਮੈਨੂੰ ਨਹੀਂ ਪਤਾ ਮੈਂ ਗਾਇਆ ਕੀ ਹੈ, ਲੇਕਿਨ ਉਹ ਜਿਵੇਂ ਹੁੰਦਾ ਨਾ ਕਿ ਗਾਉਣ ਦਾ ਸ਼ੌਂਕ ਹੈ ਤਾਂ ਬੰਦਾ ਰੱਟਾ ਲਗਾ ਕੇ ਵੀ ਪਹੁੰਚ ਗਿਆ ਸਟੇਜ 'ਤੇ, ਸੋ ਉਹ ਚੀਜ਼ ਮੈਨੂੰ ਬੜੀ ਅੱਜ ਤੱਕ ਮੈਨੂੰ ਯਾਦ ਰਹਿੰਦੀ ਹੈ। ਚਲੋ, ਤਾਂ ਬਹੁਤ ਲਾਜਵਾਬ ਗੱਲ ਹੈ ਕਿ ਤੁਸੀਂ ਸੰਸਕ੍ਰਿਤ ਦੇ ਕੰਪੀਟੀਸ਼ਨ ਵਿੱਚ ਤੁਸੀਂ ਪੰਜਾਬੀ ਗਾਇਆ। ਹਾਂਜੀ ਬਿਲਕੁਲ, ਹਮੇਸ਼ਾ ਕੁਝ ਤੁਸੀਂ ਹਟ ਕੇ ਕਰਨਾ। ਬਿਲਕੁਲ 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 ਜੀ, ਬਿਲਕੁਲ। ਅੱਛਾ ਦੀਪ, ਤੁਹਾਡੇ ਪਾਪਾ ਜਿਵੇਂ ਤੁਸੀਂ ਕਿਹਾ ਹੈ ਵੀ ਉਹਨਾਂ ਨੂੰ ਵੀ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ, ਤੁਹਾਨੂੰ ਹੈਗਾ, ਅਤੇ ਘਰ ਦਾ ਮਾਹੌਲ ਕਿਹੋ ਜਿਹਾ ਹੁੰਦਾ ਜਦ ਤੁਸੀਂ ਇਕੱਲੇ ਇਕੱਠੇ ਬਹਿੰਦੇ ਹੋ, ਅਤੇ ਕਿਹੋ ਜਿਹਾ ਮਾਹੌਲ ਹੁੰਦਾ ਹੈ ਘਰ ਦਾ ਮਾਹੌਲ? ਤੁਸੀਂ ਇਹ ਲਗਾ ਕੇ ਚੱਲੋ ਕਿ ਰੋਜ਼ ਹੀ ਜਦ ਵੀ ਕੋਈ ਮੈਂ ਸੌਂਗ ਲਿਖਦਾ ਜਾਂ ਕੁਛ ਮਤਲਬ ਕੰਪੋਜੀਸ਼ਨ ਤਿਆਰ ਕਰਨਾ, ਸਭ ਤੋਂ ਪਹਿਲੇ ਆਪਣੇ ਫਾਦਰ ਸਾਹਿਬ ਤੋਂ ਸਲਾਹ ਲੈਂਦਾ ਵਾਂ, ਔਰ ਮਤਲਬ ਉਹ ਇਹ ਲਗਾ ਕੇ ਚੱਲੋ ਕਿ 100 ਦੇ ਵਿੱਚੋਂ 98% ਮੇਰੀ ਕਮੀਆਂ ਨਿਕਲਦੀਆਂ ਨੇ, ਸੋ ਮੈਂ ਐਕਸੈਪਟ ਕਰਨਾ ਵਾਂ, ਔਰ ਉਹਨਾਂ ਨੂੰ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰਨਾ ਵਾਂ, ਫਿਰ ਫਾਦਰ ਸਾਹਿਬ ਤੋਂ ਪੁੱਛਣਾ ਕਿ ਹਾਂਜੀ ਹੁਣ ਦੱਸੋ ਜੀ ਠੀਕ ਹੈ, ਜਦ ਉਹ ਓਕੇ ਕਰਦੇ ਨੇ ਉਸ ਤੋਂ ਬਾਅਦ ਆਪਾਂ ਰਿਕਾਰਡਿੰਗ ਸਟੂਡੀਓ ਜਾਈਦਾ। ਹਾਂ, ਔਰ ਮਤਲਬ ਮਿਊਜ਼ਿਕ ਤੋਂ ਰਿਲੇਟਡ ਹੀ ਘਰ 'ਚ ਮਾਹੌਲ ਬਣਾਉਣਾ ਹੁੰਦਾ 24 ਘੰਟੇ, ਹਾਲਾਂਕਿ ਮੇਰੇ ਮਦਰ ਥੋੜ੍ਹੇ ਜਿਹੇ ਖਫਾ ਰਹਿੰਦੇ ਨੇ ਇਸ ਲਾਈਨ ਤੋਂ, ਉਹ ਕਹਿੰਦੇ ਨੇ ਕਿ ਮਤਲਬ ਨਹੀਂ ਲਾਈਕ ਕਰਦੇ ਇਸ ਲਾਈਨ ਨੂੰ, ਲੇਕਿਨ ਅੰਦਰੋਂ ਪੂਰਾ ਸਪੋਰਟ ਕਰਦੇ ਨੇ, ਪੂਰਾ ਉਹਨਾਂ ਦੇ ਮਾਪਿਓ ਦਾ ਆਸ਼ੀਰਵਾਦ ਹੀ ਹੈ ਜਿਹਦੇ ਕਰਕੇ ਅੱਜ ਤੁਹਾਡੇ ਸਾਹਮਣੇ ਬੈਠਾ, ਬਾਕੀ ਅੱਛਾ ਮਾਹੌਲ ਹੁੰਦਾ ਹੈ। ਇਹ ਮੈਂ ਪੁੱਛਣਾ ਸੀ ਵੀ ਕਿ ਪੇਰੈਂਟਸ ਦੀ ਸਪੋਰਟ ਮਿਲੀ ਸੀ ਜਦ ਤੁਸੀਂ ਇਹ ਕਰੀਅਰ ਨੂੰ ਸਿਲੈਕਟ ਕੀਤਾ ਕਿ ਹਾਂ ਮੈਂ ਇਹ ਸਿੰਗਿੰਗ ਕਰੀਅਰ ਸਿਲੈਕਟ ਕਰਨਾ? ਪੇਰੈਂਟਸ ਦੇ ਵਿੱਚੋਂ ਮੈਂ ਕਹਾਂ ਮੈਨੂੰ ਫਾਦਰ ਸਾਹਿਬ ਦੀ ਫੁੱਲ ਸਪੋਰਟ ਸੀ, ਔਰ ਬਾਕੀ ਇਹ ਕਿ ਤੁਸੀਂ ਕੋਈ ਵੀ ਇੱਕ ਨਵੀਂ ਲਾਈਨ 'ਚ ਜਾਂਦੇ ਹੋ ਜਿਸ ਲਾਈਨ 'ਚ ਤੁਹਾਡੇ ਪਿੱਛੋਂ ਦੀ ਪਿਛੋਕੜ 'ਚ ਕੋਈ ਨਹੀਂ ਗਿਆ, ਅਤੇ ਇੱਕ ਡਾਊਟ ਤਾਂ ਹੁੰਦਾ ਹੀ ਹੈ, ਮਾਂ ਪਿਓ ਨੂੰ ਡਾਊਟ ਤਾਂ ਹੁੰਦਾ ਹੀ ਹੈ, ਲੇਕਿਨ ਮੇਰੇ ਫਾਦਰ ਸਾਹਿਬ ਨੇ ਪੂਰਾ ਭਰੋਸਾ ਰੱਖਿਆ, ਪੂਰਾ ਉਹਨਾਂ ਨੇ ਸਪੋਰਟ ਕੀਤਾ, ਔਰ ਫਾਦਰ ਸਾਹਿਬ ਕਰਕੇ ਫਿਰ ਮੰਮੀ ਨੂੰ ਵੀ ਸਪੋਰਟ ਕਰਨਾ ਪਿਆ। ਦੀਪ ਜੀ, ਮੈਂ ਤੁਸੀਂ ਦੱਸਿਆ ਵੀ ਤੁਹਾਨੂੰ ਇਹ ਜਿਹੜੀ ਤੁਹਾਡੀ ਗਾਇਕੀ ਹੈ ਤੁਹਾਨੂੰ ਗੁੜਤੀ ਵਿੱਚ ਮਿਲੀ ਹੈ, ਅਤੇ ਪਰ ਉਹ ਉਹਨਾਂ ਦੀ ਜਨਰੇਸ਼ਨ ਇੱਕ ਡਿਫਰੈਂਟ ਜਨਰੇਸ਼ਨ ਹੈਗੀ ਹੈ, ਤੁਸੀਂ ਅੱਜ ਦੀ ਜਨਰੇਸ਼ਨ ਹੋ, ਹੈ ਨਾ, ਤੁਸੀਂ ਅੱਜ ਨੂੰ ਲੈ ਕੇ ਅੱਜ ਦੇ ਟੇਸਟ ਨੂੰ ਲੈ ਕੇ ਗਾਣੇ ਬਣਾਉਂਦੇ ਹੋ, ਉਹ ਪੁਰਾਣੇ ਗਾਣੇ ਸੁਣਦੇ ਹੋਣਗੇ ਤੁਹਾਡੇ ਜੇ ਫਾਦਰ ਸਾਹਿਬ ਹੈਗੇ, ਅਤੇ ਕੋਈ ਕੰਟਰਡਿਕਸ਼ਨ ਨਹੀਂ ਹੁੰਦੀ
ਵੀ ਤੁਹਾਡੇ ਫਾਦਰ ਕਹਿੰਦੇ ਹੋਣਗੇ ਨਹੀਂ ਨਹੀਂ ਯਾਰ ਇਹ ਚੰਗਾ ਨਹੀਂ, ਇਹ ਠੀਕ ਨਹੀਂ ਲੱਗ ਰਿਹਾ, ਉਹ ਠੀਕ ਨਹੀਂ ਲੱਗ ਰਿਹਾ, ਅਤੇ ਤੁਸੀਂ ਕਹਿ ਰਹੇ ਨਹੀਂ, ਕਦੀ ਕੋਈ ਕੋਈ ਕੰਟਰਡਿਕਸ਼ਨ ਹੁੰਦੇ? ਹਾਂ, ਉਹ ਚੀਜ਼ ਤਾਂ ਦੇਖੋ ਜਿਹੜਾ ਜਨਰੇਸ਼ਨ ਗੈਪ ਆ ਉਹ ਤਾਂ ਹਮੇਸ਼ਾ ਆਏਗਾ ਹੀ, ਉਹ ਤਾਂ ਕਦੀ ਮਤਲਬ ਮੈਂ ਕਹਾਂਗੇ ਨਹੀਂ ਆਉਂਦਾ ਤਾਂ ਉਹ ਗਲਤ ਹੈ, ਉਹ ਆਏਗਾ ਹੀ। ਲੇਕਿਨ ਇਹ ਹੈ ਕਿ ਉਹ ਸਮਝਦੇ ਨੇ ਕਿ ਅੱਜ ਦੀ ਪਨੀਰੀ ਜਿਹੜੀ ਹੈ ਉਹ ਕੀ ਚਾਹੁੰਦੀ ਹੈ, ਉਹ ਕੀ ਸੁਣਦੀ ਹੈ। ਸੋ ਉਹਦੇ ਹਿਸਾਬ ਨਾਲ ਉਹਨਾਂ ਨੇ ਵੀ ਆਪਣਾ ਥੋੜ੍ਹਾ ਜਿਹਾ ਮਾਇੰਡ ਮੇਕਅਪ ਕੀਤਾ ਹੋਇਆ। ਸੋ ਉਹ ਵੀ ਮਤਲਬ ਕਿਉਂਕਿ ਅੱਜ ਕੱਲ੍ਹ ਜਿਵੇਂ ਗਾਣੇ ਚੱਲਦੇ ਨੇ ਉਹ ਵੀ ਸੁਣਦੇ ਨੇ, ਮੈਂ ਵੀ ਸੁਣਦਾ ਵਾਂ। ਸੋ ਕਿਉਂਕਿ ਵਰਡਿੰਗਸ ਜਿਹੜੀ ਹੈ ਉਹ ਸਾਰੀ ਉਹੀ ਰਹਿੰਦੀਆਂ ਨੇ, ਬਸ ਉਹਨਾਂ ਨੂੰ ਮਤਲਬ ਪਿਰੋਣ ਦਾ ਤਰੀਕਾ ਹੁੰਦਾ। ਸੋ ਮਤਲਬ ਕੋਈ ਇੱਦਾਂ ਦੀ ਗੱਲ ਨਹੀਂ, ਠੀਕ ਹੈ, ਸਭ ਐਡਜਸਟ ਹੋ ਜਾਂਦਾ ਸਾਰਾ ਕੁਛ ਜੀ। ਅੱਛਾ ਦੀਪ, ਤੁਸੀਂ ਸਕੂਲ ਅਤੇ ਕਾਲਜ ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਕੀਤੀ? ਪ੍ਰੋਫੈਸ਼ਨਲ ਮੈਂ ਡਿਪਲੋਮਾ ਕੀਤਾ ਸੀ ਜੀ। ਅੱਛਾ, ਹਾਂਜੀ, ਡਿਪਲੋਮਾ ਕੀਤਾ ਸੀ ਮਕੈਨੀਕਲ 'ਚ, 10th ਤੋਂ ਬਾਅਦ ਹੀ ਡਿਪਲੋਮਾ ਕਰ ਲਿਆ ਸੀ ਮੈਂ। ਓਕੇ, ਉਸ ਤੋਂ ਬਾਅਦ ਫਿਰ 1-1.5 ਸਾਲ ਜੋਬ ਕੀਤੀ ਸੀ, ਫਿਰ ਉਸ ਤੋਂ ਬਾਅਦ ਜਦ ਕਹਿੰਦੇ ਨੇ ਉਹ ਸਲਮਾਨ ਖਾਨ ਸਾਹਿਬ ਕਹਿੰਦੇ ਨੇ ਕਿੱਕ ਨਹੀਂ ਮਿਲੀ, ਮੈਨੂੰ ਕਿੱਕ ਨਹੀਂ ਮਿਲੀ, ਮੈਂ ਫਿਰ ਆਪਣੀ ਜਿਸ ਲਾਈਨ 'ਚ ਕਿੱਕ ਮਿਲੀ ਉਹ 'ਚ ਆ ਗਿਆ ਮੈਂ। ਅਤੇ ਫਿਰ ਮਕੈਨੀਕਲ ਦਾ ਡਿਪਲੋਮਾ ਕੀਤਾ, ਫਿਰ ਤੁਸੀਂ ਜੋਬ ਕੀਤੀ, ਤੁਹਾਨੂੰ ਆਪਣੇ ਆਪ ਨੂੰ ਇੱਕ ਰਿਸਕ ਨਹੀਂ ਲੱਗਿਆ ਵੀ ਮੈਂ ਹੁਣ ਜੋਬ, ਇੱਕ ਜੋਬ ਨੂੰ ਛੱਡ ਕੇ, ਅਸਟੈਬਲਿਸ਼ ਜੋਬ ਨੂੰ ਛੱਡ ਕੇ ਤੁਸੀਂ ਸਿੰਗਿੰਗ ਪ੍ਰੋਫੈਸ਼ਨ, ਜਿਹੜਾ ਬੜਾ ਇੱਕ ਫਲਕਚੁਏਟਿੰਗ ਜਿਹਾ ਪ੍ਰੋਫੈਸ਼ਨ ਹੁੰਦਾ ਹੈ ਨਾ, ਅੱਜ ਜੇ ਸਕਸੈਸ ਹੈ ਕੀ ਪਤਾ ਕੱਲ੍ਹ ਨਾ ਹੋਵੇ, ਬਿਲਕੁਲ ਉਹ ਡਰ ਜਿਹਾ ਨਹੀਂ ਲੱਗਿਆ ਤੁਹਾਨੂੰ ਵੀ ਹਾਂ ਮੈਂ ਇਹ ਬੜਾ ਰਿਸਕ ਹੈਗਾ? ਨਹੀਂ, ਮੈਂ ਦੇਖੋ ਜੀ, ਮੈਂ ਇੱਕੋ ਗੱਲ ਸਮਝਦਾ ਕਿ ਜ਼ਿੰਦਗੀ ਤੁਹਾਨੂੰ ਇੱਕੋ ਵਾਰ ਮਿਲੀ ਹੈ, ਬਾਰ ਬਾਰ ਤਾਂ ਮਿਲੀ ਨਹੀਂ। ਹੁਣ ਅਗਰ ਨਹੀਂ ਰਿਸਕ ਲਵਾਂਗੇ ਤਾਂ ਫਿਰ ਅੱਗੇ ਜਾ ਕੇ ਫਿਰ ਕਿਹਨੂੰ ਮੂੰਹ ਦਿਖਾਵਾਂਗੇ? ਫਿਰ ਕੱਲ੍ਹ ਨੂੰ ਚਲੋ ਮੈਂ ਹੁਣ ਰਿਸਕ ਲੈ ਲਿਆ, ਚੱਲਣਾ ਨਾ ਚੱਲਣਾ ਉਹ ਬਾਬੇ ਦੇ ਹੱਥ ਹੈ, ਲੇਕਿਨ ਰਿਸਕ ਲੈ ਲਿਆ ਘੱਟੋ ਘੱਟ ਇਹ ਤਾਂ ਹੈ ਕੱਲ੍ਹ ਨੂੰ ਚੱਲ ਕੇ ਮੈਂ ਤਾਂ ਨਹੀਂ ਕਹਾਂਗਾ ਮੈਂ ਕੁਛ ਕੀਤਾ ਨਹੀਂ ਆਪਣੇ ਦਿਲ ਲਈ, ਆਪਣੇ ਦਿਮਾਗ ਲਈ। ਸੋ ਉਹਦੇ ਲਈ ਮੈਂ ਰਿਸਕ ਲਿੱਤਾ ਔਰ ਆਈ ਥਿੰਕ ਕਿ ਮੈਂ ਸੈਟੀਸਫਾਈਡ ਹਾਂ ਰਿਸਕ ਲੈਣ ਲਈ, ਕੁਝ ਗਲਤ ਡਿਸੀਜ਼ਨ ਨਹੀਂ ਲਿੱਤਾ ਮੈਂ। ਕਿੰਨਾ ਪਾਵਰ, ਕਿੰਨੀ ਜ਼ੋਰ ਲੱਗੀ ਪੇਰੈਂਟਸ ਨੂੰ ਕਨਵਿੰਸ ਕਰਨ ਲਈ? ਨਹੀਂ, ਮਾਈ ਪੇਰੈਂਟਸ ਆਰ ਆਲਰੇਡੀ ਕਨਵਿੰਸਡ ਅਬਾਊਟ ਦਿਸ ਲਾਈਨ, ਉਹ ਪਹਿਲੇ ਤੋਂ ਹੀ ਕਨਵਿੰਸਡ ਹੈਗੇ ਸੀ, ਉਹਨਾਂ ਨੂੰ ਪਤਾ ਸੀ ਕਿ ਕਿਉਂਕਿ ਔਲਾਦ ਤਾਂ ਉਹਨਾਂ ਦੀ ਹੈ, ਖੂਨ ਉਹਨਾਂ ਦਾ, ਉਹਨਾਂ ਨੂੰ ਪਤਾ ਕਿ ਜਾਣਾ ਉੱਧਰ ਹੀ ਹੈ, ਪਾਣੀ ਗੇਰੋ ਜਿੱਧਰ ਮਤਲਬ ਜਾਣਾ ਉਹਨੇ ਉੱਧਰ ਹੀ ਹੁੰਦਾ। ਸੋ ਉਹੀ ਵਾਲੀ ਗੱਲ ਸੀ, ਇੰਨਾ ਮਤਲਬ ਕਿਹਨੂੰ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਪਿਆ। ਠੀਕ ਹੈ, ਹਾਂਜੀ। ਅੱਛਾ ਦੀਪ, ਕਿਹਾ ਜਾਂਦਾ ਵੀ ਗੁਰੂ ਬਿਨਾਂ ਗੱਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ, ਹੈ ਨਾ? ਬਿਲਕੁਲ ਬਿਲਕੁਲ। ਅਤੇ ਤੁਸੀਂ ਜਿਹੜੀ ਆਪਣੀ ਸਿੰਗਿੰਗ ਦੀ ਤਾਲੀਮ ਹੈ ਕਿਸ ਗੁਰੂ ਤੋਂ ਲਿੱਤੀ ਹੈ? ਮੇਰੇ ਗੁਰੂ ਮੇਰੇ ਫਾਦਰ ਸਾਹਿਬ ਨੇ ਜੀ। ਅੱਛਾ ਜੀ, ਹਾਂਜੀ, ਉਹਨਾਂ ਤੋਂ ਹੀ ਮੈਨੂੰ ਸਾਰਾ ਕੁਛ ਸਿੱਖਣ ਨੂੰ ਮਿਲਿਆ ਹੈ, ਜੋ ਮੇਰੀ ਜ਼ਬਾਨ ਹੈ, ਜੋ ਮੇਰੀ ਆਵਾਜ਼, ਸਾਰਾ ਕੁਛ ਉਹਨਾਂ ਦੀ ਦੇਣ ਹੈਗੀ ਹੈ। ਸੋ ਮੈਂ ਮੇਰੇ ਗੁਰੂ ਤਾਂ ਉਹੀ ਨੇ ਜੀ, ਔਰ ਮਤਲਬ ਕੋਈ ਅਗਰ ਮੈਨੂੰ ਪੁੱਛਦਾ ਹੈ ਕਿ ਤੁਸੀਂ ਕਿਸ ਤੋਂ ਸਿੱਖਿਆ, ਮੈਂ ਆਪਣੇ ਫਾਦਰ ਸਾਹਿਬ ਤੋਂ ਸਿੱਖਿਆ, ਤੁਸੀਂ ਕਿੱਥੋਂ ਦੀ ਇੰਸਪੀਰੇਸ਼ਨ ਲਿੱਤੀ, ਮੈਂ ਆਪਣੇ ਫਾਦਰ ਸਾਹਿਬ ਤੋਂ ਲਿੱਤੀ। ਸੋ ਸਾਰਾ ਕੁਛ ਕੁੱਲ ਮਿਲਾ ਕੇ ਮੇਰੇ ਫਾਦਰ ਸਾਹਿਬ ਨੇ। ਯੂ ਆਰ ਹਾਈਲੀ ਮੋਟੀਵੇਟਿਡ ਐਂਡ ਇੰਸਪਾਇਰਡ ਬਾਈ ਯੋਰ ਫਾਦਰ। ਬਿਲਕੁਲ, ਮੈਂ ਤਾਂ ਕਹਿੰਦਾ ਹਰ ਪੁੱਤ ਨੂੰ ਆਪਣੇ ਪਿਓ ਤੋਂ ਜਾਂ ਆਪਣੀ ਮਾਂ ਤੋਂ ਹੀ ਇੰਸਪਾਇਰ ਹੋਣਾ ਚਾਹੀਦਾ, ਠੀਕ ਹੈ ਨਾ? ਅਸੀਂ ਹੁਣ ਕਿਸੇ ਬਾਹਰਲੇ ਕਿਸੇ ਬੰਦੇ ਨੂੰ ਗੁਰੂ ਬਣਾ ਲਈਏ, ਠੀਕ ਹੈ, ਮੈਂ ਨਹੀਂ ਸਮਝਦਾ ਕਿ ਉਹ ਚੀਜ਼ ਠੀਕ ਹੈ, ਕਿਉਂਕਿ ਤੁਹਾਡੇ ਜਿਹੜੇ ਫਾਦਰ ਨੇ, ਤੁਹਾਡੇ ਮਦਰ ਨੇ, ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ, ਤੁਹਾਨੂੰ ਇੰਨਾ ਵੱਡਾ ਕੀਤਾ, ਉਹਨਾਂ ਤੋਂ ਵੱਡਾ ਕੋਈ ਗੁਰੂ ਹੋ ਹੀ ਨਹੀਂ ਸਕਦਾ, ਠੀਕ ਹੈ ਨਾ ਜੀ? ਸੋ ਅਸਲੀ ਅਗਰ ਅਸਲ 'ਚ ਉਹਨਾਂ ਨੂੰ ਗੁਰੂ ਮੰਨ ਲਈਏ ਤਾਂ ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਹੈ। ਬਿਲਕੁਲ, ਇਹ ਮੇਰੀ ਸੋਚ ਨਹੀਂ ਹੈ, ਬਾਕੀ ਕੁਛ ਗਲਤ ਕਮਾਂ ਤੇ ਮਾਫੀ ਹੈ ਜੀ। ਅੱਛਾ ਦੀਪ, ਜਦ ਤੁਸੀਂ ਕਰੀਅਰ ਸਟਾਰਟ ਕਰਨਾ ਸੀ, ਯੂ ਵਰ ਅ ਲੇਮੈਨ, ਹੈ ਨਾ? ਇੱਕ ਤੁਸੀਂ ਆਮ ਆਦਮੀ ਸੀ, ਤੁਸੀਂ ਆਪਣਾ ਆਮ ਆਦਮੀ, ਮੈਂ ਹਾਲੇ ਵੀ ਆਮ ਆਦਮੀ ਹਾਂ ਵੈਸੇ। ਹੁਣ ਤੁਸੀਂ ਇੱਕ ਨਾ ਸੈਲਬ ਵਾਲਾ ਉਹ ਤੁਸੀਂ ਰੂਟ ਤੁਸੀਂ ਸਿਲੈਕਟ ਕੀਤਾ? ਮੈਂ ਕਦੀ ਸੋਚਿਆ ਹੀ ਨਹੀਂ ਕਦੀ, ਮੈਂ ਸਿਰਫ ਇਹ ਸੋਚਣਾ ਕਿ ਆਪਣੇ ਦਿਲ ਦੀ ਵਿੱਚ ਜਿਹੜੀ ਤੁਹਾਡੀ ਉਹ ਹੈਗੀਆਂ ਨੇ, ਜਿਹੜੀ ਤੁਹਾਡੀ ਫੀਲਿੰਗਸ ਨੇ, ਉਹ ਗਾਣਿਆਂ ਦੇ ਥਰੂ ਤੁਸੀਂ ਸਾਹਮਣੇ ਰੱਖੋ ਪਬਲਿਕ ਦੇ, ਉਹਨਾਂ ਨੂੰ ਚੰਗੀ ਲੱਗਣਗੀਆਂ ਤਾਂ ਉਹ ਸਿਰ ਮੱਥੇ ਲਗਾਉਣਗੀਆਂ, ਨਹੀਂ ਤਾਂ ਇਸ ਲਾਈਨ 'ਚ ਗਾਲਾਂ ਵੀ ਬਹੁਤ ਪੈਂਦੀਆਂ ਮੈਨੂੰ ਪਤਾ। ਅੱਛਾ, ਅਤੇ ਕੀ ਫਰਕ ਆਇਆ ਤੁਸੀਂ ਜਦ ਇੱਕ ਆਮ ਜੋਬ ਕਰਦੇ ਸੀ, ਹੈ ਨਾ, ਹੁਣ ਤੁਸੀਂ ਇੱਕ ਜੋ ਮਰਜ਼ੀ ਕਹਿ ਲਓ, ਤੁਸੀਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ ਜੀ, ਤੁਸੀਂ ਜਦ ਕੋਈ ਕੰਮ ਕਰਦੇ ਹੋ ਇਹੋ ਜਿਹਾ ਤਾਂ ਤੁਸੀਂ ਪਬਲਿਕ ਫਿਗਰ ਬਣਦੇ ਹੋ, ਤੁਹਾਨੂੰ ਆਪਣੇ ਆਪ 'ਚ ਕੀ ਫਰਕ ਮਹਿਸੂਸ ਹੁੰਦਾ ਹੈ? ਕੁਛ ਇੱਕ ਕੌਨਫੀਡੈਂਸ ਜਿਹਾ ਹੈਗਾ? ਨਹੀਂ, ਬਿਲਕੁਲ ਕੌਨਫੀਡੈਂਸ ਤਾਂ ਆਉਂਦਾ ਹੀ ਹੈ। ਸਭ ਤੋਂ ਵੱਡਾ ਕੌਨਫੀਡੈਂਸ ਇਹ ਹੈ ਕਿ ਜਦ ਤੁਸੀਂ ਕੋਈ ਗਾਣਾ ਰਿਲੀਜ਼ ਕਰਦੇ ਹੋ, ਉਹਦੇ ਥੱਲੇ ਜਦ ਪੋਜ਼ਿਟਿਵ ਕਮੈਂਟਸ ਆਉਂਦੇ ਨੇ, ਉਹ ਸਭ ਤੋਂ ਵੱਡਾ ਕੌਨਫੀਡੈਂਸ ਹੈ ਕਿ ਹਾਂ ਅਸੀਂ ਕੋਈ ਚੀਜ਼ ਬਣਾਈ ਸੀ। ਹੁਣ ਫੋਰ ਐਗਜ਼ਾਮਪਲ ਸਾਡੇ ਘਰ ਦੇ ਵਿੱਚ ਜਦ ਸਾਡੀਆਂ ਮਾਵਾਂ ਕੋਈ ਚੀਜ਼ ਬਣਾਉਂਦੀਆਂ ਨੇ, ਕੋਈ ਦਾਲ ਬਣਾਉਂਦੀਆਂ ਨੇ, ਅਤੇ ਲਿਆ ਕੇ ਪਹਿਲੇ ਕੋਲੀ 'ਚ ਚੈੱਕ ਕਰਾਉਂਦੀਆਂ ਨੇ ਕਿ ਪੁੱਤ ਹਾਂ ਬੇਟਾ ਚੈੱਕ ਕਰੀ ਨਮਕ ਠੀਕ ਹੈ, ਅਗਰ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਬਹੁਤ ਵਧੀਆ ਤਾਂ ਉਹਨਾਂ ਦੀ ਮਿਹਨਤ ਸਫਲ ਹੋ ਜਾਂਦੀ ਹੈ। ਉੱਦਾਂ ਹੀ ਸਾਡੀ ਜਿਹੜੀ ਉਹ ਕੋਲੀ ਜਿਹੜੀ ਹੈਗੀ ਉਹ ਸਾਡੇ ਕਮੈਂਟਸ ਨੇ, ਸੋ ਅਗਰ ਉਹ ਕਮੈਂਟਸ ਪੋਜ਼ਿਟਿਵ ਨੇ ਤਾਂ ਸਾਨੂੰ ਲੱਗਦਾ ਕਿ ਹਾਂ ਪਾਵਰ ਆ ਗਈ ਹੈ। ਚਲੋ, ਇਹ ਤਾਂ ਹੋ ਗਈ ਪੋਜ਼ਿਟਿਵ ਸਾਈਡ ਦੀ ਗੱਲ, ਅਤੇ ਨੈਗੇਟਿਵ ਸਾਈਡ ਵੀ ਹੁੰਦੀ ਹੈ ਨਾ, ਕਈ ਲੋਕ ਨੈਗੇਟਿਵ ਕਮੈਂਟਸ ਵੀ ਪਾਉਂਦੇ ਨੇ, ਜਾਂ ਕੋਈ ਤੁਹਾਨੂੰ ਵੀ ਲੱਗਦਾ ਕਿ ਨਹੀਂ ਯਾਰ ਥੋੜ੍ਹਾ ਜਿਹਾ ਮੈਂ ਜਿੰਨਾ ਕਰ ਸਕਦਾ ਸੀ ਉਹਨਾਂ ਮੈਂ ਚੰਗਾ ਕਰਿਆ ਨਹੀਂ, ਜਾਂ ਕੋਈ ਵੀ ਕਹਿ ਦਿੰਦਾ ਯਾਰ ਨਹੀਂ ਦੀਪ ਇਹ ਨਹੀਂ ਤੂੰ ਠੀਕ ਕਰਿਆ ਉਹ ਨਹੀਂ ਕਰਿਆ, ਅਤੇ ਉਹਨੂੰ ਕਿਵੇਂ ਤੁਸੀਂ ਹੈਂਡਲ ਕਰਦੇ ਹੋ ਨੈਗੇਟਿਵਿਟੀ ਨੂੰ? ਬਿਲਕੁਲ, ਨੈਗੇਟਿਵਿਟੀ ਜਿਹੜੀ ਹੈ ਉਹ ਤਾਂ ਜਿੱਦਾਂ ਪੋਜ਼ਿਟਿਵ ਹੈ ਉੱਦਾਂ ਹੀ ਨੈਗੇਟਿਵਿਟੀ ਵੀ ਨਾਲ
ਠੀਕ ਹੈ ਨਾ, ਅਸੀਂ ਗਲਤੀਆਂ ਨਹੀਂ ਕਰਾਂਗੇ, ਸਾਡੇ ਚੀਜ਼ 'ਤੇ ਕਮੀਆਂ ਨਹੀਂ ਹੋਣਗੀਆਂ, ਸਾਨੂੰ ਪਤਾ ਨਹੀਂ ਲੱਗੇਗਾ ਤਾਂ ਅਸੀਂ ਉਹਨੂੰ ਸੁਧਾਰਾਂਗੇ ਕਿੱਦਾਂ, ਠੀਕ ਹੈ ਨਾ। ਸੋ ਮੈਂ ਚਾਹੁੰਦਾ, ਮੈਂ ਸਮਝਦਾ ਵਾਂ ਕਿ ਜਿਹੜੀ ਸਾਡੀ ਆਡੀਅੰਸ ਹੈ ਉਹ ਸਾਡਾ ਸਭ ਤੋਂ ਵੱਡਾ ਗੁਰੂ ਹੈ, ਜੋ ਸਾਨੂੰ ਦੱਸਦੀ ਹੈ ਕਿ ਵੀ ਤੁਸੀਂ ਇਹ ਗਲਤੀ ਕੀਤੀ ਹੈ ਜੀ, ਇਹਨੂੰ ਸੁਧਾਰੋ, ਅਗਲੇ ਗਾਣੇ 'ਚ ਨਹੀਂ ਹੋਣੀ ਚਾਹੀਦੀ। ਠੀਕ ਹੈ, ਮੇਰੇ ਹਿਸਾਬ ਨਾਲ ਤਾਂ ਇਹ ਚੀਜ਼ ਹੋਣੀ ਚਾਹੀਦੀ ਹੈ। ਅਜੇ ਦੀਪ, ਗੱਲਾਂ ਬਹੁਤ ਨੇ ਤੁਹਾਨੂੰ, ਪਰ ਇੱਕ ਬ੍ਰੇਕ ਜ਼ਰੂਰ ਇੱਥੇ ਲੈਣਾ ਪਊਗਾ। ਬਿਲਕੁਲ ਜੀ, ਬਿਲਕੁਲ। ਹੁਣ ਵੇਲਾ ਇੱਕ ਬ੍ਰੇਕ ਦਾ, ਤੁਸੀਂ ਸਾਰਿਆਂ ਨੇ ਕਿਤੇ ਨਹੀਂ ਜਾਣਾ, ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਆਪਾਂ ਕੁਇਕ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਸਟਾਰ ਟਾਕ ਵਿੱਚ, ਅਤੇ ਸਾਡੇ ਨਾਲ ਮੌਜੂਦ ਨੇ ਨਟਖਟ ਜੇ ਡੈਲੀਆਈਟ ਦੀਪ ਓਸਾਂਗ। ਦੀਪ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਿਰ ਤੋਂ। ਅੱਛਾ, ਆਗਾਜ਼ ਕਰਨਾ ਹੈ ਫਿਰ ਤੋਂ, ਅਤੇ ਤੁਹਾਡੇ ਸੌਂਗ ਨਾਲ ਹੋ ਜਾਏ। ਓਕੇ, ਦੁਆਵਾਂ। ਹਾਂਜੀ, ਦੁਆਵਾਂ ਇਜ਼ ਮਾਈ ਫੇਵਰੇਟ ਸੌਂਗ। ਸੋ ਹਾਸੇ ਤੇਰੇ ਸਜਣਾ ਦੁਆਵਾਂ ਮੇਰੀ, ਦੁਨੀਆ ਦੀ ਹਰ ਸ਼ੈ ਚਾਵਾਂ ਤੇਰੇ ਲਈ, ਹਾਸੇ ਤੇਰੇ ਸਜਣਾ ਦੁਆਵਾਂ ਮੇਰੇ ਲਈ, ਦੁਨੀਆ ਦੀ ਹਰ ਸ਼ੈ ਮੈਂ ਚਾਵਾਂ ਤੇਰੇ ਲਈ, ਖੁਦ ਲਈ ਜੇ ਮੰਗਾਂ ਤੇ ਫਰ ਵੀ ਕਹਿ ਲਵੀ, ਮੰਗੀਆਂ ਨੇ ਸਾਰੀ ਦੁਆਵਾਂ ਤੇਰੇ ਲਈ, ਮੈਂ ਖਾਬਾਂ 'ਚ ਵੀ ਅਜੇ ਤੱਕ ਚਾਇਆ ਕਿਸੇ ਨਾ, ਤੂੰ ਚਾਹੇ ਮੇਰੇ ਖਾਬਾਂ ਦੀ ਤਲਾਸ਼ੀ ਲੈ ਲਵੀ, ਹਾਸੇ ਤੇਰੇ ਸਜਣਾ ਦੁਆਵਾਂ ਮੇਰੇ ਲਈ, ਦੁਨੀਆ ਦੀ ਹਰ ਸ਼ੈ ਮੈਂ ਚਾਹਵਾਂ ਤੇਰੇ ਲਈ। ਥੈਂਕ ਯੂ, ਥੈਂਕ ਯੂ, ਵੈਰੀ ਨਾਈਸ, ਬਹੁਤ ਹੀ ਨਾਈਸ ਗਾਇਆ ਤੁਸੀਂ ਜੀ। ਅੱਛਾ ਦੀਪ, ਤੁਸੀਂ ਖੁਆਬਾਂ ਦੀ ਗੱਲ ਕੀਤੀ ਹੈ, ਹਾਂ ਜੀ, ਸਾਨੂੰ ਖੁਆਬਾਂ ਦੀ ਤਲਾਸ਼ੀ ਤੇ ਲੈਣੀ ਪਊਗੀ, ਕਿ ਸਾਨੂੰ ਪਤਾ ਨਹੀਂ ਕਿ ਦੀਪ ਦੇ ਖੁਆਬ 'ਚ ਕੌਣ ਆਉਂਦਾ ਹੈ, ਕੀ ਤੁਸੀਂ ਸੋਚਦੇ ਹੋ, ਕਿਸ ਬਾਰੇ ਪੁੱਛਣਾ ਚਾਹ ਰਹੇ ਹੋ ਪ੍ਰੋਫੈਸ਼ਨਲੀ, ਕੀ ਤੁਹਾਡੇ ਕੀ, ਇੱਕ ਹਰ ਬੰਦਾ ਜਦ ਇੰਡਸਟਰੀ ਜਾਂ ਇਹੋ ਜਿਹੀ ਕਿਸੇ ਪ੍ਰੋਫੈਸ਼ਨ ਵਿੱਚ ਐਂਟਰ ਹੁੰਦਾ ਹੈ ਨਾ, ਇੱਕ ਵਿਜ਼ਨ ਲੈ ਕੇ ਆਉਂਦਾ ਹੈ ਨਾ, ਅਤੇ ਤੁਹਾਡਾ ਕੀ ਵਿਜ਼ਨ ਹੈਗਾ? ਮੇਰਾ ਵਿਜ਼ਨ ਬਹੁਤ ਹੀ ਸਿੰਪਲ ਜਿਹਾ ਹੈ ਕਿ ਇੱਕ ਨੋਰਮਲ ਜਿਹੇ ਘਰ ਤੋਂ ਉੱਠਿਆ, ਔਰ ਇੱਕ ਨਾਮ ਕਮਾਉਣਾ, ਔਰ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਹੈ, ਔਰ ਪੈਸਾ ਨਾ ਮੈਨੂੰ ਕੋਈ ਇੰਨਾ, ਮਤਲਬ ਕੋਈ ਇੰਨਾ ਹੈ ਨਹੀਂ, ਬਸ ਮੈਨੂੰ ਇਹ ਹੈ ਕਿ ਮਤਲਬ ਨਹੀਂ ਪੈਸੇ ਦੀ ਦੇਖੋ ਜ਼ਰੂਰਤ ਹਰ ਕਿਸੇ ਨੂੰ ਹੁੰਦੀ ਹੈ, ਲੇਕਿਨ ਮੈਂ ਇੰਨੀ ਉਹ ਜਿਹਨੂੰ ਕਹਿੰਦੇ ਤਵੱਜੋ ਨਹੀਂ ਦਿੰਦਾ ਪੈਸੇ ਨੂੰ ਇੰਨੀ, ਮੈਨੂੰ ਇਹ ਹੈ ਕਿ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ ਔਰ ਅੱਖਾਂ ਦੇ ਵਿੱਚ ਇੱਜ਼ਤ ਹੋਣੀ ਚਾਹੀਦੀ ਹੈ, ਕਿਸੇ ਵੀ ਆਰਟਿਸਟ ਲਈ ਉਹ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਸੋ ਉਹੀ ਕਮਾਉਣ ਲਈ ਆਏ ਹਾਂ, ਔਰ ਦੇ ਵੀ ਰਹੇ ਨੇ ਲੋਕ, ਵਾਹਿਗੁਰੂ ਕਿਰਪਾ ਕਰ ਰਹੇ ਨੇ, ਔਰ ਮਤਲਬ ਅੱਛਾ ਲੱਗਦਾ ਕਿ ਹਾਂ ਜਦ ਕੋਈ ਇੱਜ਼ਤ ਕਰਦਾ ਹੈ ਉਹ ਪਿਆਰ ਨਾਲ, ਦੀਪ ਜੀ ਕਰਕੇ ਬੁਲਾਉਂਦਾ ਜਾਂ ਉਸਾਨ ਸਾਹਿਬ ਕਰਕੇ ਬੁਲਾਉਂਦਾ ਹੈ, ਔਰ ਗਾਣਿਆਂ ਨੂੰ ਇੰਨਾ ਪਿਆਰ ਮਿਲਦਾ ਹੈ, ਅਤੇ ਡੈਫੀਨੇਟਲੀ ਅੱਛਾ ਲੱਗਦਾ। ਮਤਲਬ ਕਿ ਤੁਸੀਂ ਕੁਆਲਿਟੀ ਨੂੰ ਜ਼ਿਆਦਾ, ਤੁਸੀਂ ਬਿਲਕੁਲ ਕੁਆਲਿਟੀ, ਜੀ ਬਿਲਕੁਲ ਬਿਲਕੁਲ, ਕੁਆਲਿਟੀ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਔਰ ਮੈਂ ਸਮਝਦਾ ਕਿ ਅੱਜ ਕੱਲ੍ਹ ਜਿਹੜੇ ਸਾਡੇ ਗਾਣੇ ਆ ਰਹੇ ਨੇ, ਮਤਲਬ ਉਹਨਾਂ ਦੇ ਵਿੱਚ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ ਨਾ, ਔਰ ਮਤਲਬ ਕਿਸੇ ਦੇ ਪਿੱਛੇ ਨਹੀਂ ਲੱਗਣਾ, ਜੋ ਤੁਹਾਡਾ ਜ਼ੋਨਰ ਹੈ ਉਹਦੇ ਪਿੱਛੇ, ਮਤਲਬ ਉਹਦੇ ਪਿੱਛੇ ਹੀ ਚੱਲੋ, ਆਈ ਥਿੰਕ ਉਹ ਜ਼ਿਆਦਾ ਬੈਟਰ ਚੱਲੇਗਾ, ਕਿਸੇ ਦੇ ਪਿੱਛੇ ਲੱਗ ਕੇ ਉਹ ਮਤਲਬ ਮਜ਼ਾ ਨਹੀਂ ਆਉਂਦਾ ਉਹਦੇ ਪਿੱਛੇ। ਹਾਂਜੀ, ਤੁਸੀਂ ਕੁਆਲਿਟੀ ਦੀ ਗੱਲ ਕਰ ਰਹੇ ਹੋ ਨਾ, ਤੁਸੀਂ ਤੁਹਾਡੇ ਅਕੋਰਡਿੰਗ ਕੁਆਲਿਟੀ ਗਾਣੇ ਦੀ ਕੀ ਹੁੰਦੀ ਹੈ, ਇੱਕ ਚੰਗਾ ਗਾਣਾ ਤੁਸੀਂ ਕਿਹਨੂੰ ਮੰਨਦੇ ਹੋ? ਚੰਗਾ ਗਾਣਾ ਇੱਕ ਇੱਦਾਂ ਦਾ ਹੁੰਦਾ ਹੈ ਜੀ, ਜਿਹੜਾ ਤੁਸੀਂ ਸਭ ਤੋਂ ਪਹਿਲੀ ਗੱਲ ਅਤੇ ਜਿਹੜਾ ਸੁਣਨ 'ਚ ਅੱਛਾ ਲੱਗੇ, ਜਿਹਦੇ ਵਰਡਸ ਅੱਛੇ ਹੋਣ, ਔਰ ਜਿਹੜਾ ਤੁਸੀਂ ਆਪਣੀ ਫੈਮਿਲੀ ਨਾਲ ਇੱਕੋ ਸੋਫੇ 'ਤੇ ਬਹਿ ਕੇ ਦੇਖ ਸਕੋ, ਮੈਂ ਸਮਝਣਾ ਕਿ ਉਹ ਇੱਕ ਅੱਛਾ ਗਾਣਾ। ਕਿਉਂਕਿ ਹਰ ਆਰਟਿਸਟ ਦੀ ਆਪਣੀ ਆਪਣੀ ਇੱਕ ਡੈਫੀਨੇਸ਼ਨ ਹੁੰਦੀ ਹੈ ਨਾ, ਕੋਈ ਮੰਨਦਾ ਵੀ ਨਹੀਂ ਮੇਰੇ ਵਿਊਜ਼ ਬਹੁਤ ਜ਼ਿਆਦਾ ਹੈ ਅਤੇ ਫਿਰ ਮੈਂ ਕਹਾਂਗਾ ਕਿ ਹਾਂ ਮੇਰਾ ਗਾਣਾ ਬਹੁਤ ਚੰਗਾ ਹੈ, ਜੇ ਮੇਰੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈਗੀ ਹੈ। ਅਤੇ ਤੁਹਾਡੀ ਡੈਫੀਨੇਸ਼ਨ ਹੈਗੀ ਹੈ ਵੀ ਤੁਸੀਂ ਜੇ ਕੰਫਰਟੇਬਲੀ ਸੁਣ ਸਕੋ। ਬਿਲਕੁਲ, ਔਰ ਵਿਊਜ਼ ਵਾਲੀ ਜਿਹੜੀ ਗੱਲ ਹੈ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਮਤਲਬ ਇੰਨੀ ਮੈਟਰ ਕਰਨੀ ਚਾਹੀਦੀ ਹੈ, ਕਿਉਂਕਿ ਪਹਿਲੇ ਮਤਲਬ ਗੁਰਦਾਸ ਮਾਨ ਸਾਹਿਬ ਦੇ ਗਾਣੇ ਆਉਂਦੇ ਸੀਗੇ, ਆਪਣੇ ਹੰਸਰਾਜ ਹੰਸ ਸਾਹਿਬ ਦੇ ਗਾਣੇ ਆਉਂਦੇ ਸੀ, ਸਰਦੂਲ ਸਾਹਿਬ ਦੇ ਗਾਣੇ ਆਉਂਦੇ ਸੀ, ਪਹਿਲੇ ਕੌਣ ਵਿਊਜ਼ ਦੇ ਪਿੱਛੇ ਭੱਜਦਾ ਸੀ, ਕੌਣ ਦੇਖਦਾ ਸੀ ਕਿ ਹਾਂ ਵੀ ਮਤਲਬ ਕਿੰਨੇ ਵਿਊਜ਼ ਨੇ, ਕਿੰਨੇ ਮਿਲੀਅਨ ਪਹੁੰਚ ਗਏ ਨੇ? ਉਹ ਤਾਂ ਹੁਣ 4-5 ਸਾਲਾਂ 'ਚ ਸ਼ੁਰੂ ਹੋਇਆ ਵਿਊਜ਼ ਵਾਲਾ ਚੱਕਰ। ਮੇਨ ਚੀਜ਼ ਇਹ ਹੈ ਕਿ ਜਿਹੜੀ ਤੁਹਾਨੂੰ ਸੁਣਨ ਨੂੰ ਅੱਛੀ ਲੱਗ ਰਹੀ ਹੈ, ਜਿਹੜੇ ਲੋਕ ਗਾਣੇ ਤੋਂ ਤੁਹਾਨੂੰ ਪਹਿਚਾਣ ਰਹੇ ਨੇ, ਆਈ ਥਿੰਕ ਉਹ ਜ਼ਿਆਦਾ ਹਿੱਟ ਹੈ, ਨਾ ਕਿ ਵਿਊਜ਼। ਮੈਨੂੰ ਮੇਰੇ ਹਿਸਾਬ ਨਾਲ ਵਿਊਜ਼ ਤਾਂ ਤੁਹਾਨੂੰ ਸਾਰਿਆਂ ਨੂੰ ਅੱਜ ਕੱਲ੍ਹ ਮਤਲਬ ਖੁੱਲੀ ਹੋਈ ਗੇਮ, ਕਿੰਨੇ ਪੈਸੇ ਦਾ ਵਿਊ ਮਿਲਦਾ, ਸੋ ਉਹਦੇ ਵਿੱਚ ਤਾਂ ਜਿੰਨੇ ਮਰਜ਼ੀ ਤੁਸੀਂ ਪੈਸੇ ਪਾਈ ਜਾਓ ਅਤੇ ਵਿਊਜ਼ ਚੱਕੀ ਜਾਓ, ਵਿਊਜ਼ ਦੀ ਕੋਈ ਐਸੀ ਅਹਿਮੀਅਤ ਮੈਂ ਨਹੀਂ ਸਮਝਦਾ ਕਿ ਹੋਣੀ ਚਾਹੀਦੀ ਹੈ ਜੀ। ਤੁਸੀਂ ਜਿਵੇਂ ਤੁਹਾਡੀ ਇੱਕ ਸੌਫਟ ਆਵਾਜ਼ ਸਾਨੂੰ ਪਸੰਦ ਹੈਗੀ ਹੈ, ਸ਼ੁਕਰੀਆ, ਤੁਸੀਂ ਰੂਹ ਨਾਲ ਕਿਹਨੂੰ ਸੁਣਨਾ ਪਸੰਦ ਕਰਦੇ ਹੋ? ਮੈਂ ਸਰਤਾਜ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ, ਔਰ ਉਹਨਾਂ ਦੇ ਹੀ ਮਤਲਬ ਗਾਣੇ ਸੁਣਦਾ ਮੈਂ। ਚਲੋ ਫਿਰ ਇੱਕ ਕੰਪੋਜੀਸ਼ਨ ਹੋ ਜਾਵੇ ਉਹਨਾਂ ਦੀ ਸਰਤਾਜ ਸਾਹਿਬ ਦੀ। ਸੱਜਣ ਰਾਜ਼ੀ ਹੋ ਜਾਵੇ
ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ ਸੋ ਇਹ ਮੈਨੂੰ ਜ਼ਿਆਦਾ ਮਤਲਬ ਇੱਕ ਦਿਲ ਨੂੰ ਛੂੰਹਦੇ ਨੇ ਸਰਤਾਜ ਸਿੰਘ ਬਹੁਤ ਵਧੀਆ ਤੁਸੀਂ ਫਿਰ ਤੁਸੀਂ ਵੀ ਲੁਕਾ ਕੇ ਰੱਖਿਆ ਨਹੀਂ ਜੀ ਹਜੇ ਤੱਕ ਤਾਂ ਇੱਦਾਂ ਕੋਈ ਤੁਸੀਂ ਪਬਲਿਕ ਨਹੀਂ 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 ਮਤਲਬ ਛੁਪਾਉਣ ਵਾਲੀ ਵੈਸੇ ਗੱਲ ਹੀ ਨਹੀਂ ਹੈ ਕਿਉਂਕਿ ਉਹ ਕਹਿੰਦੇ ਨੇ ਨਾ ਇਸ਼ਕ ਤੇ ਮੁਸ਼ਕ ਕਦੀ ਛੁਪਾਏ ਨਹੀਂ ਛੁਪਦੇ ਲੇਕਿਨ ਹਜੇ ਤੱਕ ਤਾਂ ਇੱਦਾਂ ਦਾ ਕੁਝ ਹੋਇਆ ਨਹੀਂ ਹੋਏਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਜੀ ਠੀਕ ਹੈ ਜੀ ਅੱਛਾ ਦੀਪ ਜਿਵੇਂ ਮੈਂ ਇੰਟਰੋਡਕਸ਼ਨ ਵਿੱਚ ਵੀ ਕਿਹਾ ਤੇ ਬ੍ਰੇਕ ਤੋਂ ਵਿੱਚ ਵੀ ਕਿਹਾ ਵੀ ਤੁਸੀਂ ਦਿੱਲੀ ਤੋਂ ਬਿਲੋਂਗ ਕਰਦੇ ਹੋ ਹੈ ਨਾ ਤੇ ਦਿੱਲੀ ਵਿੱਚ ਰਹਿੰਦੇ ਹੋਏ ਤੁਸੀਂ ਇੱਕ ਪੰਜਾਬੀਅਤ ਨੂੰ ਇੰਨਾ ਜ਼ਿਆਦਾ ਸੰਭਾਲ ਕੇ ਰੱਖਿਆ ਤੁਸੀਂ ਕੀ ਉਸ ਕਲਚਰ ਨਾਲ ਅਫੈਕਟ ਨਹੀਂ ਹੋਏ ਲੋਕੀ ਮੋਸਟਲੀ ਪੰਜਾਬ ਤੋਂ ਜੇ ਦਿੱਲੀ ਜਾਂਦੇ ਨੇ ਤੇ ਉਹ ਪੰਜਾਬ ਤੇ ਪਿੱਛੇ ਹੀ ਰਹਿ ਜਾਂਦੇ ਨੇ ਮੋਸਟਲੀ ਹੈ ਨਾ ਤੇ ਦਿੱਲੀ ਦਾ ਕਲਚਰ ਇੱਕ ਵੈਸਟਰਨ ਥੋੜਾ ਜਿਹਾ ਕਹਿ ਸਕਦੇ ਨੇ ਥੋੜਾ ਵੈਸਟਰਨ ਕਲਚਰ ਬਹੁਤ ਜ਼ਿਆਦਾ ਲੋਕਾਂ ਤੇ ਇਨਫਲੂਐਂਸਡ ਹੈਗਾ ਹੈ ਜੀ ਤੇ ਕਿਵੇਂ ਤੁਸੀਂ ਆਉਣ ਦੀ ਸੋਚੀ ਪੰਜਾਬੀ ਸਿੰਗਿੰਗ ਲਾਈਨ ਦੇ ਵਿੱਚ ਕੋਸ਼ਿਸ਼ ਤੇ ਦੇਖੋ ਇਦਾਂ ਹੈਗਾ ਜੀ ਮਤਲਬ ਪੰਜਾਬੀਅਤ ਜਿਹੜੀ ਹੈ ਪਹਿਲੀ ਗੱਲ ਤੇ ਉਹ ਸਾਡੀ ਇੰਨੀ ਮਤਲਬ ਇੱਕ ਵਿਸ਼ਾਲ ਹੈ ਇੰਨੀ ਪਵਿੱਤਰ ਹੈਗੀ ਉਹਨੂੰ ਕੋਈ ਨੁਕਸਾਨ ਪਹੁੰਚਾ ਹੀ ਨਹੀਂ ਸਕਦਾ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਉਹਨੂੰ ਸੰਭਾਲਾਂ ਪਹਿਲੀ ਗੱਲ ਤੇ ਔਰ ਬਾਕੀ ਦੂਜੀ ਗੱਲ ਇਹ ਹੈ ਕਿ ਜਿਹੜੇ ਸਾਡੀ ਪੰਜਾਬੀਅਤ ਹੈ ਉਹ ਪੰਜਾਬ 'ਚ ਵੀ ਜਿੰਦੀ ਹੈ ਸਾਡੇ ਦਿੱਲੀ ਦੇ ਵਿੱਚ ਵੀ ਬਹੁਤ ਲੋਕ ਨੇ ਜਿਹੜੇ ਮਤਲਬ ਉਹਨੂੰ ਸਿਰ ਮੱਥੇ ਰੱਖਦੇ ਨੇ ਹਾਲਾਂਕਿ ਮੈਂ ਉਹਨਾਂ ਨਹੀਂ ਉਹਨਾਂ ਮਤਲਬ ਉਹਨਾਂ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਉੱਪਰ ਪੂਰਾ ਨਹੀਂ ਉਤਰ ਪਾਉਂਦਾ ਮੈਂ ਲੇਕਿਨ ਦਿਲ ਤੋਂ ਪੂਰਾ ਆਪਣਾ ਇੱਕ ਸਮਝ ਕੇ ਚੱਲੀਦਾ ਕਿ ਹਾਂ ਵੀ ਅਸੀਂ ਸਿੱਖ ਹੈਗੇ ਹਾਂ ਔਰ ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨ ਉਹਨਾਂ ਨੂੰ ਫੋਲੋ ਕਰਨਾ ਹੈ ਅਤੇ ਬਾਕੀ ਕੋਸ਼ਿਸ਼ ਕਰੀ ਦੀ ਹੈ ਲੇਕਿਨ ਜਿੱਥੋਂ ਤੱਕ ਗੱਲ ਹੈਗੀ ਦਿੱਲੀ ਹਾਈਟਸ ਦੀ ਦਿੱਲੀ ਹਾਈਟਸ ਦੀ ਦਿੱਲੀ ਹਾਈਟਸ 'ਤੇ ਤੁਸੀਂ ਅਗਰ ਦਿੱਲੀ ਜਾਓ ਤੁਸੀਂ ਦੇਖੋਗੇ ਕਿ ਪੰਜਾਬ 'ਚ ਤਾਂ ਪੰਜਾਬੀ ਵਸਦੀ ਹੈ ਹੀ ਲੇਕਿਨ ਦਿੱਲੀ ਦੇ ਵਿੱਚ ਵੀ ਬਹੁਤ ਐਸੇ ਲੋਕ ਨੇ ਬਹੁਤ ਐਸੇ ਤੁਸੀਂ ਗੁਰਦੁਆਰੇ ਜਾਓ ਸਾਡੇ ਬੰਗਲਾ ਸਾਹਿਬ ਜਿਹੜਾ ਸਾਡਾ ਗੁਰਦੁਆਰਾ ਹੈਗਾ ਬੰਗਲਾ ਸਾਹਿਬ ਉੱਥੇ ਤੁਸੀਂ ਜਾ ਕੇ ਦੇਖੋ ਸਿੱਖਾਂ ਨੇ ਤਾਂ ਜਿਹੜੇ ਆਉਣਾ ਹੀ ਆਉਣਾ ਤੁਸੀਂ ਹਿੰਦੂ ਸਿੱਖਾਂ ਨਾਲੋਂ ਵੱਧ ਪਹੁੰਚੇ ਹੁੰਦੇ ਨੇ ਮੁਸਲਮਾਨ ਪਹੁੰਚੇ ਹੁੰਦੇ ਨੇ ਸੋ ਸਿੱਖੀ ਮੈਂ ਸਮਝਦਾ ਇੱਦਾਂ ਦੀ ਚੀਜ਼ ਹੈ ਜਿਹਨੂੰ ਕੋਈ ਨੁਕਸਾਨ ਪਹੁੰਚਾ ਹੀ ਨਹੀਂ ਸਕਦਾ ਔਰ ਨਾ ਕੋਈ ਬੀੜਾ ਚੁੱਕ ਸਕਦਾ ਕਿ ਮੈਂ ਇਹ ਸਿੱਖੀ ਨੂੰ ਅੱਗੇ ਲੈ ਕੇ ਜਾਵਾਂਗਾ ਉਹ ਆਲਰੇਡੀ ਇੰਨੀ ਵਿਸ਼ਾਲ ਹੈ ਉਹਨੂੰ ਕਿਸੇ ਦੀ ਲੋੜ ਨਹੀਂ ਮੇਰੇ ਹਿਸਾਬ ਨਾਲ ਤਾਂ ਇਹ ਚੀਜ਼ ਬਿਲਕੁਲ ਠੀਕ ਹੈ ਜੀ ਤੇ ਉਹ ਤਾਂ ਪ੍ਰੋਫੈਸ਼ਨਲੀ ਜਿਵੇਂ ਤੁਸੀਂ ਸੰਭਾਲ ਕੇ ਰੱਖੀਏ ਤੁਸੀਂ ਪੰਜਾਬੀਅਤ ਨੂੰ ਸੰਭਾਲ ਕੇ ਰੱਖੀਏ ਤੁਸੀਂ ਗਾਣੇ ਗਾਉਂਦੇ ਹੋ ਤੁਸੀਂ ਪਰਸਨਲੀ ਵੀ ਮੈਂ ਦੇਖੀ ਜਿਵੇਂ ਤੁਸੀਂ ਟਰਬਨ ਬੰਨਦੇ ਹੋ ਤੇ ਮੋਸਟਲੀ ਕੀ ਹੁੰਦਾ ਵੀ ਤੁਸੀਂ ਇਹੋ ਜਿਹੇ ਪ੍ਰੋਫੈਸ਼ਨ ਵਿੱਚ ਐਂਟਰ ਹੋ ਕੇ ਨਾ ਮੋਸਟਲੀ ਸਭ ਤੋਂ ਪਹਿਲਾਂ ਆਪਣੀ ਲੁੱਕ ਚੇਂਜ ਕਰਦੇ ਹੋ ਬਿਲਕੁਲ ਬਿਲਕੁਲ ਹੈ ਨਾ ਆਪਣਾ ਗੈਟਅਪ ਚੇਂਜ ਕਰਕੇ ਤੁਸੀਂ ਸੋਚਦੇ ਨਹੀਂ ਮੈਂ ਵਾਲ ਕਟਾ ਲਾਂ ਮੈਂ ਇਹ ਕਰ ਲਾਂ ਮੈਂ ਉਹ ਨਹੀਂ ਚੇਂਜ ਆਇਆ ਉਹ ਕਿਵੇਂ ਨਹੀਂ ਉਹ ਤਾਂ ਦੇਖੋ ਜੀ ਉਹ ਤਾਂ ਜਿਵੇਂ ਜੀਣ ਲਈ ਸਾਨੂੰ ਸਾਹ ਜ਼ਰੂਰੀ ਨੇ ਉੱਦਾਂ ਸਾਡੇ ਸਿਰ 'ਤੇ ਦਸਤਾਰ ਜ਼ਰੂਰੀ ਹੈ ਜੀ ਉਹ ਤਾਂ ਜੀ ਹੱਟ ਹੀ ਨਹੀਂ ਸਕਦੀ ਮਰਨਾ ਮਨਜ਼ੂਰ ਹੈ ਲੇਕਿਨ ਦਸਤਾਰ ਨਹੀਂ ਹੱਟ ਸਕਦੀ ਬਾਕੀ ਜਿੱਥੋਂ ਤੱਕ ਗੱਲ ਹੈ ਦਾੜੀ ਦੀ ਉਹ ਥੋੜ੍ਹੀ ਬਹੁਤ ਮੈਂ ਵੀ ਸੈੱਟ ਕਰਾਈ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖੀ ਰਿਹਾ ਹੋਣਾ ਅਤੇ ਲੇਕਿਨ ਇਹ ਥੋੜ੍ਹਾ ਬਹੁਤ ਚੱਲਦਾ ਲੇਕਿਨ ਇਸ ਤੋਂ ਜ਼ਿਆਦਾ ਨਹੀਂ ਇਹ ਇੱਕ ਲਿਮਿਟੇਸ਼ਨਸ ਨੇ ਇੱਕ ਬਾਉਂਡੇਸ਼ਨਸ ਨੇ ਕਿ ਚਲੋ ਇੱਥੋਂ ਤੱਕ ਤਾਂ ਸਮਝ ਆਉਂਦੀ ਹੈ ਲੇਕਿਨ ਇਸ ਤੋਂ ਵੱਧ ਨਹੀਂ ਠੀਕ ਹਾਂਜੀ ਅੱਛਾ ਦੀਪ ਹੁਣ ਤੁਸੀਂ ਜਿਵੇਂ ਤੁਸੀਂ ਦਿੱਲੀ ਰਹਿੰਦੇ ਹੋ ਤੁਸੀਂ ਓਵਰਸੀਜ਼ ਵੀ ਜਾ ਰਹੇ ਹੋ ਤੁਸੀਂ ਮੁੰਬਈ ਵੀ ਤੁਸੀਂ ਹੋ ਕੇ ਆਏ ਹੋ ਹੈ ਨਾ ਜਾਂਦੇ ਰਹਿੰਦੇ ਹੋ ਤੇ ਕੀ ਕਲਚਰ ਵਿੱਚ ਡਿਫਰੈਂਸ ਹੈਗਾ ਉੱਥੇ ਪ੍ਰੋਫੈਸ਼ਨਲਿਜ਼ਮ ਉੱਥੇ ਦੇ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਅਤੇ ਇੱਥੇ ਦੇ ਪ੍ਰੋਫੈਸ਼ਨਲਿਜ਼ਮ ਵਿੱਚ ਕੀ ਡਿਫਰੈਂਸ ਹੈਗਾ ਪ੍ਰੋਫੈਸ਼ਨਲਿਜ਼ਮ ਜਿਹੜਾ ਬੰਬੇ ਦਾ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਉਹ ਅਲੱਗ ਲੈਵਲ ਦਾ ਹੈ ਸਾਡੇ ਚੰਡੀਗੜ੍ਹ ਦਾ ਸਾਡੇ ਪੰਜਾਬ ਦਾ ਜਿਹੜਾ ਉਹ ਅਲੱਗ ਲੈਵਲ ਦਾ ਬੰਬੇ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਰੇ ਹੀ ਮਤਲਬ ਅਗਰ ਉਹ ਤੁਹਾਡੇ ਨਾਲ ਇੱਕ ਚਾਹ ਕੱਪ ਦਾ ਵੀ ਪੀ ਰਹੇ ਨੇ ਤਾਂ ਉਹ ਵੀ ਪ੍ਰੋਫੈਸ਼ਨਲਿਜ਼ਮ ਤਰੀਕੇ ਨਾਲ ਸੋਚ ਕੇ ਪੀਂਦੇ ਨੇ ਕਿ ਵੀ ਅਗਰ ਮੈਂ ਤੁਹਾਡੇ ਨਾਲ ਚਾਹ ਪੀ ਰਿਹਾ ਤਾਂ ਮੈਨੂੰ ਕੀ ਫਾਇਦਾ ਹੋਏਗਾ ਲੇਕਿਨ ਸਾਡੇ ਪੰਜਾਬ ਦੇ ਵਿੱਚ ਸਾਡੇ ਚੰਡੀਗੜ੍ਹ ਦੇ ਵਿੱਚ ਸਾਡੇ ਜਿਹੜੀ ਹੈ ਪੰਜਾਬੀਅਤ ਹੈ ਇਹਨਾਂ ਦੇ ਵਿੱਚ ਕੰਮ ਹੋਏ ਨਾ ਹੋਏ ਲੇਕਿਨ ਰਿਲੇਸ਼ਨ ਮੇਨਟੇਨ ਪਹਿਲੇ ਹੋ ਜਾਂਦਾ ਉਹ ਤਾਂ ਚਲੋ ਸਾਡੇ ਬਲੱਡ 'ਚ ਵੀ ਹੁੰਦਾ ਉਹ ਬਲੱਡ 'ਚ ਸਾਡੇ ਪੰਜਾਬੀਆਂ ਦੇ ਬਲੱਡ 'ਚ ਹੈਗਾ ਸਾਡੇ ਸਿੱਖਾਂ ਦੇ ਬਲੱਡ 'ਚ ਹੈ ਕਿ ਮਤਲਬ ਕੰਮ ਬਣੇ ਨਾ ਬਣੇ ਉਹ ਬਾਅਦ ਦੀ ਗੱਲ ਹੈ ਲੇਕਿਨ ਇੱਕ ਜਿਹੜਾ ਦਿਲ ਨਾਲ ਦਿਲ ਜਿਹੜਾ ਜੁੜਦਾ ਨਾ ਉਹ ਪਹਿਲੇ ਜੁੜ ਜਾਂਦਾ ਸੋ ਮੈਂ ਸਮਝਣਾ ਕਿ ਇਹ ਜ਼ਿਆਦਾ ਬੈਟਰ ਹੈ ਜੀ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੁਸੀਂ ਹੋਰ ਵੱਡੇ ਵੱਡੇ ਸਟਾਰਸ ਨੂੰ ਤੁਸੀਂ ਅੱਜ ਕੱਲ੍ਹ ਮਿਲ ਰਹੇ ਹੋ ਮਿਲਦੇ ਹੋ ਤੁਸੀਂ ਹਲੇ ਮੈਂ ਤੁਹਾਡੀ ਪਿਕਚਰਸ ਵੇਖੀ ਸੀ ਤੁਸੀਂ ਕਪਿਲ ਸ਼ਰਮਾ ਨਾਲ ਸੀ ਕੰਮ ਕਰ ਰਹੇ ਸੀ ਤੇ ਕੀ ਸਿੱਖਣ ਨੂੰ ਮਿਲਦਾ ਤੁਹਾਨੂੰ ਉਹਨਾਂ ਦੀ ਲਾਈਫ 'ਚੋਂ ਤੁਸੀਂ ਕੀ ਸਿੱਖਿਆ ਸਿੱਖਣ ਨੂੰ ਇਹੀ ਮਿਲਦਾ ਕਿ ਜੀ ਸੰਘਰਸ਼ ਜਿਹੜਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਔਰ ਸਾਰੇ ਕਰ ਵੀ ਰਹੇ ਨੇ ਔਰ ਜਿਹੜੇ ਅੱਜ ਆਪਾਂ ਦੇਖਦੇ ਹਾਂ ਤੁਸੀਂ ਕਪਿਲ ਭਾਈ ਦਾ ਨਾਮ ਲਿੱਤਾ ਕਪਿਲ ਭਾਈ ਜਿੱਥੇ ਅੱਜ ਪਹੁੰਚੇ ਨੇ ਉਹਨਾਂ ਦੇ ਪਿੱਛੇ ਬਹੁਤ ਮਿਹਨਤ ਉਹਨਾਂ ਦੀ ਕੀਤੀ ਹੈ ਲੋਕ ਕਹਿੰਦੇ ਨੇ ਕਿ ਵੀ ਇਹ ਹੁਣ ਚੜ ਗਿਆ 2 ਸਾਲ 'ਚ ਚੜ ਗਿਆ 3 ਸਾਲਾਂ 'ਚ ਚੜ ਗਿਆ ਲੇਕਿਨ ਉਹ ਪਿਛਲੇ ਕਿੰਨੇ ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਨੇ ਉਹ ਨਹੀਂ ਕਿਸੇ ਨੂੰ ਦਿਖਦੀ ਸੋ ਮੈਂ ਸਮਝਦਾ ਕਿ ਕਿਸੇ ਦੇ ਉੱਪਰ ਉਂਗਲ ਚੁੱਕਣ ਤੋਂ ਪਹਿਲੇ ਜਾਂ ਕਿਸੇ ਨੂੰ ਵੀ ਕੁਛ ਬੋਲਣ ਤੋਂ ਪਹਿਲੇ ਉਹਦੀ ਮਿਹਨਤ ਨੂੰ ਦੇਖੋ ਉਹਦੇ ਟਾਈਮ ਪੀਰੀਅਡ ਨੂੰ ਦੇਖੋ ਉਸ ਤੋਂ ਬਾਅਦ ਕੁਛ ਬੋਲੋ ਸੋ ਮੈਂ ਤਾਂ ਕਪਿਲ ਭਾਜੀ ਨੂੰ ਸਲੂਟ ਕਰਦਾ ਬਹੁਤ ਇੱਕ ਮੈਂ ਜਦ ਮਿਲਿਆ ਸੀ ਬਹੁਤ ਇੱਕ
ਕਪਿਲ ਦੀ ਗੱਲ ਚੱਲੀ ਹੈ ਤੇ ਕਾਮੇਡੀ ਯਾਦ ਆਉਂਦੀ ਹੈ ਨਾ ਜੀ 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 ਕਾਮੇਡੀ ਤੋਂ ਮੈਨੂੰ ਤੁਹਾਡੇ ਨਾ ਟਿਕਟੌਕ ਬਹੁਤ ਯਾਦ ਆਉਂਦੇ ਨੇ ਅੱਛਾ ਫਿਰ ਦੇਖਦੇ ਹੋ ਬਿਲਕੁਲ ਜੀ ਕੋਈ ਤੁਸੀਂ ਕਾਮੇਡੀਅਨ ਨਹੀਂ ਛੱਡਿਆ ਜਿਹਨੇ ਸਾਡੀ ਸਾਰਿਆਂ ਦੀ ਤੁਸੀਂ ਮਿਮਿਕਰੀ ਕਰਦੇ ਹੋ ਇੱਕ ਮਿਮਿਕਰੀ ਹੁਣ ਇੱਥੇ ਵੀ ਹੋ ਜਾਵੇ ਮਿਮਿਕਰੀ ਵਾਈਜ਼ ਵੈਸੇ ਮੈਂ ਦੋ ਤਿੰਨ ਬੰਦਿਆਂ ਨੂੰ ਮਤਲਬ ਜ਼ਿਆਦਾ ਫੋਲੋ ਕਰਦਾ ਵਾਂ ਇੱਕ ਸਾਡੇ ਸਨੀ ਭਾਜੀ ਅੱਛਾ ਜੀ ਉਹ ਜਿਵੇਂ ਕਹਿੰਦੇ ਨੇ ਸਨੀ ਦਿਓਲ ਜੀ ਸਨੀ ਦਿਓਲ ਭਾਜੀ ਉਹ ਕਹਿੰਦੇ ਨੇ ਇਹ 2.5 ਕਿਲੋ ਕਾ ਹਾਤ ਹੈ ਇਹ ਜਿਸੇ ਪੜਤਾ ਹੈ ਨਾ ਵੋ ਉੱਠਤਾ ਨਹੀਂ ਵੋ ਉੱਠ ਜਾਤਾ ਹੈ ਇੱਕ ਇਹ ਔਰ ਦੂਜੇ ਆਪਣੇ ਹੈਗੇ ਆ ਸੁਨੀਲ ਸ਼ੈਟੀ ਜੀ ਉਹਨਾਂ ਜਿਹੜਾ ਮੈਨੂੰ ਯਾਦ ਆ ਸਾਡੇ ਕਿਹੜਾ ਸੀਗਾ ਡਾਕਟਰ ਮਸ਼ਹੂਰ ਗੁਲਾਟੀ ਉਹਨੇ ਇੱਕ ਐਕਟ ਗੈਗ ਕੀਤਾ ਸੀ ਉਹਨਾਂ ਦਾ ਕਿ ਅੰਜਲੀ ਮੈਂ ਤੁਹਾਡੇ ਲਈ ਪਤੰਜਲੀ ਸੇ ਕੁਛ ਲੈ ਕੇ ਆਇਆ ਹਾਂ ਅੰਜਲੀ ਸੋ ਮੈਨੂੰ ਪੂਰੇ ਤਾਂ ਮੈਨੂੰ ਖੈਰ ਨਹੀਂ ਆਉਂਦੇ ਇੱਕ ਛੋਟੀ ਛੋਟੀ ਲਾਈਨਾਂ ਨੇ ਕੁਛ ਜਿਹੜੇ ਤੁਹਾਡੇ ਜ਼ਿਹਨ 'ਚ ਰਹਿ ਜਾਂਦੀਆਂ ਨੇ ਉਹਨਾਂ ਦੇ ਪਿੱਛੇ ਮੈਂ ਥੋੜ੍ਹਾ ਬਹੁਤ ਲੱਗਾ ਰਹਿਣਾ ਬਸ ਉਹੀ ਥੋੜ੍ਹਾ ਥੋੜ੍ਹਾ ਬਣਾ ਕੇ ਪਾਈ ਦਿੰਦਾ ਕੋਈ ਬਾਬੂ ਭਾਈ ਮੁਝੇ ਕੁਛ ਨਹੀਂ ਆਤਾ ਅੰਜਲੀ ਥੋੜਾ ਜਿਹਾ ਮੈਂ ਭੁੱਲ ਗਿਆ ਇਸ ਟਾਈਮ ਬਾਕੀ ਹੋਰ ਜਿਹੜੇ ਨੇ ਸਾਡੇ ਅਮਿਤਾਭ ਬੱਚਨ ਸਾਹਿਬ ਅਰੇ ਬਾਈ ਆਏ ਹਮੇ ਜ਼ਿਆਦਾ ਤੋਂ ਕੁਛ ਨਹੀਂ ਆਤਾ ਲੇਕਿਨ ਕੋਸ਼ਿਸ਼ ਕਰ ਲੈਂਦੇ ਥੋੜ੍ਹੀ ਥੋੜ੍ਹੀ ਅਤੇ ਬਸ ਇੰਨਾ ਹੀ ਹੈ ਥੋੜ੍ਹਾ ਬਹੁਤ ਆਉਂਦਾ ਜ਼ਿਆਦਾ ਨਹੀਂ ਬਾਕੀ ਸਿੰਗਰ ਹੈਗਾ ਸਿੰਗਰ ਤੱਕ ਰਹਿਣ ਦਿਓ ਲੋਕ ਕਮੇਡੀਅਨ ਸਮਝ ਲੈਣਗੇ ਨਹੀਂ ਠੀਕ ਹੈ ਦੀਪ ਅੱਛਾ ਦੀਪ ਹੁਣ ਤੁਸੀਂ ਪੰਜਾਬੀ ਸੌਂਗਸ ਕਰਕੇ ਹੁਣ ਤੁਸੀਂ ਬਾਲੀਵੁੱਡ ਵਿੱਚ ਵੀ ਤੁਸੀਂ ਟਰਾਈ ਕਰਨਾ ਜਾਂ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਕੋਈ ਵੀ ਸਿੰਗਰ ਹੈ ਭਾਵੇਂ ਬੋਲੀਵੁੱਡ ਦਾ ਹੈ ਜਾਂ ਮਤਲਬ ਬੋਲੀਵੁੱਡ ਦਾ ਹੈ ਜਿੱਥੇ ਦਾ ਵੀ ਮਰਜ਼ੀ ਹੈ ਉਹਦਾ ਸਭ ਤੋਂ ਜਿਹੜਾ ਇੱਕ ਸੁਪਨਾ ਜਿਹੜਾ ਹੁੰਦਾ ਕਿ ਹਾਂ ਵੀ ਸਾਡਾ ਗਾਣਾ ਕਿਸੇ ਮੂਵੀ 'ਚ ਜਾਏ ਔਰ ਪੰਜਾਬੀ ਜਿਹੜਾ ਸਾਡਾ ਕਲਚਰ ਹੈ ਉਹਦੇ 'ਚ ਤਾਂ ਚਲੋ ਗਾਣੇ ਆ ਹੀ ਰਹੇ ਨੇ ਲੇਕਿਨ ਹੁਣ ਜਿਹੜਾ ਮੇਰਾ ਹੈਗਾ ਕਿ ਆਪਣਾ ਬੋਲੀਵੁੱਡ ਦੇ ਵਿੱਚ ਵੀ ਆਪਣਾ ਗਾਣਾ ਆਉਣਾ ਚਾਹੀਦਾ ਸੋ ਕੋਸ਼ਿਸ਼ ਚੱਲ ਰਹੀ ਹੈ ਜਲਦੀ ਤੁਹਾਨੂੰ ਗੁੱਡ ਨਿਊਜ਼ ਸ਼ਾਇਦ ਮਿਲ ਜਾਏਗੀ ਚਲੋ ਵਿਸ਼ ਕਰਦੇ ਹਾਂ ਵੀ ਤੁਹਾਡੇ ਸਾਰੇ ਪ੍ਰੋਜੈਕਟਸ ਬਹੁਤ ਸਕਸੈਸਫੁਲ ਹੋਣ ਥੈਂਕ ਯੂ ਜੀ ਥੈਂਕ ਯੂ ਅੱਛਾ ਤੁਹਾਡੇ ਫਿਊਚਰ ਪ੍ਰੋਜੈਕਟਸ ਹੁਣ ਤੁਸੀਂ ਦੱਸਿਆ ਵੀ ਆਉਣ ਵਾਲੇ ਜਿਹੜੇ ਕਿਹੜੇ ਪ੍ਰੋਜੈਕਟਸ ਹੈਗੇ ਨੇ ਫਿਲਹਾਲ ਜਿਹੜਾ ਵੈਸੇ ਤਾਂ 3-4 ਆ ਰਹੇ ਨੇ ਲੇਕਿਨ ਜਿਹੜਾ ਮੇਨ ਹੈ ਇਸ ਟਾਈਮ ਜਿਹੜਾ ਮੈਂ ਸਮਝਦਾ ਕਿ ਹੁਣ ਤੱਕ ਦਾ ਮੇਰਾ ਸਭ ਤੋਂ ਇੱਕ ਹਾਈਲਾਈਟਡ ਜਿਹੜਾ ਤੁਸੀਂ ਕਹਿ ਲਓ ਵੱਡਾ ਪ੍ਰੋਜੈਕਟ ਹੋਏਗਾ ਜਿਹਦੇ ਉੱਪਰ ਸਭ ਤੋਂ ਜ਼ਿਆਦਾ ਮਿਹਨਤ ਲੱਗ ਰਹੀ ਹੈ ਆਡੀਓ ਵਾਈਜ਼ ਵੀ ਵੀਡੀਓ ਵਾਈਜ਼ ਵੀ ਉਹ ਗਾਣਾ ਹੈਗਾ ਜੀ ਉਹ ਸਾਥੀਆ ਬੋਲੀਵੁੱਡ ਟਰੈਕ ਹੈ ਔਰ ਇੱਕ ਬੜੇ ਪਿਆਰੇ ਜਿਹੇ ਚੁਲਬਲੇ ਜਿਹੇ ਫੇਸ ਨੂੰ ਆਪਾਂ ਲਾਂਚ ਕਰਨ ਜਾ ਰਹੇ ਹਾਂ ਉਹਦੇ ਵਿੱਚ ਅਤੇ ਉਹ ਵੀ ਦਿੱਲੀ ਤੋਂ ਹੀ ਨੇ ਔਰ ਬੜੀ ਅੱਛੀ ਕੰਪਨੀ ਤੋਂ ਰਿਲੀਜ਼ ਹੋ ਰਿਹਾ ਉਹ ਤੁਹਾਨੂੰ ਥੋੜ੍ਹਾ ਜਿਹਾ ਸਰਪ੍ਰਾਈਜ਼ ਹੈ ਜਦ ਪੋਸਟਰ ਰਿਲੀਜ਼ ਹੋਏਗਾ ਤੁਸੀਂ ਦੇਖ ਸਕਦੇ ਹੋ ਅਸੀਂ ਜ਼ਰੂਰ ਵੇਟ ਕਰਾਂਗੇ ਤੁਹਾਡੇ ਆਉਣ ਵਾਲੇ ਸਾਰੇ ਅੱਛੇ ਪ੍ਰੋਜੈਕਟਸ ਦੀ ਪਲੀਜ਼ ਉਹ ਤੁਸੀਂ ਦੇਖਣਾ ਵੀ ਹੈ ਔਰ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਬਿਲਕੁਲ ਜੀ ਬਿਲਕੁਲ ਅੱਛਾ ਦੀਪ ਟਾਈਮ ਹੋ ਗਿਆ ਪਰ ਜਾਂਦੇ ਜਾਂਦੇ ਤੁਹਾਡਾ ਕੋਈ ਮੈਸੇਜ ਸਾਡੇ ਵਿਜ਼ਨ ਪੰਜਾਬ ਟੀਵੀ ਦੇ ਵਿਊਰਸ ਲਈ ਮੇਰਾ ਮੈਸੇਜ ਸਿਰਫ ਇਹੀ ਹੈ ਕਿ ਸਾਡੇ ਪੰਜਾਬੀ ਜਿਹੜੇ ਸਾਡੇ ਇੰਡੀਆ 'ਚ ਰਹਿੰਦੇ ਨੇ ਜਿਹੜੇ ਸਾਡੇ ਬਾਹਰ ਰਹਿੰਦੇ ਨੇ ਕਿ ਪੰਜਾਬੀਅਤ ਨੂੰ ਸੰਭਾਲੋ ਔਰ ਗਾਣੇ ਸਿਰਫ ਮਨੋਰੰਜਨ ਦੇ ਤੌਰ 'ਤੇ ਸੁਣੋ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਮਤਲਬ ਇੰਪਲੀਮੈਂਟ ਕਰਨ ਦਾ ਇੰਨਾ ਕੋਈ ਮੇਰੇ ਹਿਸਾਬ ਨਾਲ ਨਹੀਂ ਲੋੜ ਔਰ ਜਿਹੜੇ ਤੁਹਾਡੇ ਰੋਜ਼ਮਰਾ ਜਿਹੜੇ ਕੰਮ ਨੇ ਉਹਨਾਂ 'ਤੇ ਜ਼ਿਆਦਾ ਧਿਆਨ ਦਿਓ ਗਾਣੇ 'ਤੇ ਰੋਜ਼ ਆਉਂਦੇ ਜਾਂਦੇ ਨੇ ਸਿੰਗਰ ਰੋਜ਼ ਆਉਂਦੇ ਜਾਂਦੇ ਨੇ ਆਪਣਾ ਖਿਆਲ ਰੱਖੋ ਔਰ ਆਸ ਪਾਸ ਸਫਾਈ ਬਣਾਈ ਰੱਖੋ ਥੈਂਕ ਯੂ ਸੋ ਮਚ ਅੱਛਾ ਇੱਕ ਹੋਰ ਮੈਸੇਜ ਜਿਵੇਂ ਤੁਸੀਂ ਮੈਂ ਕਿਹਾ ਵੀ ਸਟਰਗਲਰਸ ਅੱਜ ਕੱਲ੍ਹ ਬਹੁਤ ਜ਼ਿਆਦਾ ਐਂਟਰ ਹੋ ਰਹੇ ਨੇ ਇੰਡਸਟਰੀ ਵਿੱਚ ਉਹਨਾਂ ਲਈ ਕੋਈ ਟਿਪਸ ਜਾਂ ਕੋਈ ਇੱਕ ਇਹੋ ਜਿਹੀ ਕੋਈ ਸੁਜੈਸ਼ਨ ਜਿਹੜੀ ਤੁਸੀਂ ਫੇਸ ਕੀਤੀ ਕੋਈ ਡਿਫੀਕਲਟੀ ਉਹਨਾਂ ਲਈ ਬਸ ਇਹੀ ਹੈ ਕਿ ਕੋਈ ਕੁਛ ਵੀ ਕਹੇ ਨਹੀਂ ਸੁਣਨੀ ਜੋ ਤੁਹਾਡਾ ਦਿਲ ਕਹਿ ਰਿਹਾ ਉਹ ਸੁਣੋ ਔਰ ਅੱਗੇ ਵੱਧਦੇ ਚਲੋ ਜਿਹੜੀ ਦਿੱਕਤਾਂ ਨੇ ਉਹ ਤਾਂ ਆਉਣੀਆਂ ਨੇ ਕਿਉਂਕਿ ਜਦ ਤੁਸੀਂ ਪਹਾੜ ਚੜ੍ਹਦੇ ਹੋ ਤਾਂ ਸਪੀਡ ਤਾਂ ਸਲੋ ਹੁੰਦੀ ਹੈ ਪਲੇਨ ਸੜਕ 'ਤੇ ਕਦੀ ਸਪੀਡ ਸਲੋ ਨਹੀਂ ਹੁੰਦੀ ਅਤੇ ਇਹ ਇੱਕ ਜਿਹੜਾ ਸਿੰਗਰ ਬਣਨ ਦਾ ਜਾਂ ਕੋਈ ਵੀ ਆਰਟਿਸਟ ਬਣਨ ਦਾ ਸਪਨਾ ਇਹ ਪਹਾੜ ਚੜ੍ਹਨ ਦਾ ਸਪਨਾ ਹੈਗਾ ਸੋ ਉਹਦੇ ਉੱਪਰ ਦਿੱਕਤਾਂ ਆਉਣਗੀਆਂ ਦਿੱਕਤਾਂ ਨੂੰ ਪਾਰ ਕਰਦੇ ਰਹੋ ਆਪਣੇ ਆਪ ਮੰਜ਼ਿਲ 'ਤੇ ਪਹੁੰਚ ਜਾਓਗੇ ਥੈਂਕ ਯੂ ਸੋ ਮਚ ਦੀਪ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਅੱਛਾ ਲੱਗਿਆ ਬਹੁਤ ਚੰਗਾ ਲੱਗਿਆ ਆਪਾਂ ਹੋਪ ਕਰਦੇ ਹਾਂ ਤੁਸੀਂ ਐਵੇਂ ਪ੍ਰੋਜੈਕਟਸ ਕਰਦੇ ਰਹੋ ਗਾਉਂਦੇ ਰਹੋ ਅਤੇ ਹੋਰ ਇੰਟਰਵਿਊਜ਼ ਕਰਦੇ ਰਹੋ ਸਾਡੇ ਸ਼ੋਅ ਵਿੱਚ ਆਉਂਦੇ ਰਹੋ ਜੀ ਬਿਲਕੁਲ ਆਵਾਂਗੇ ਜੀ ਦੁਬਾਰਾ ਜਲਦੀ ਆਵਾਂਗੇ ਐਂਡ ਹੋ ਜਾਵੇ ਤੁਹਾਡੇ ਇੱਕ ਫੇਵਰੇਟ ਸੌਂਗ ਨਾਲ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ ਚੰਨ ਪਰ ਦੇਸੀਆ ਬੋਲ ਨਾ ਤੂੰ ਪਾਵੇਂ ਬੋਲ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਨੂੰ ਰਹਿਣ ਦੇ ਇਹ ਸੀ ਨੋਟੀ ਜੇ ਦੀਪ ਦੇ ਨਾਲ ਸਾਡੀ ਇੱਕ ਬਹੁਤ ਹੀ ਖਾਸ ਮੁਲਾਕਾਤ ਆਪਾਂ ਹੋਪ ਕਰਦੇ ਹਾਂ ਇਹ ਇੰਟਰਵਿਊ ਤੁਹਾਨੂੰ ਜ਼ਰੂਰ ਪਸੰਦ ਆਏਗੀ ਆਪਾਂ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਸਟਾਰ ਦੇ ਨਾਲ ਸਾਨੂੰ ਦੇ ਇਜਾਜ਼ਤ ਅਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ